ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜਿਓਨ ਦੂਜਾ ਕੌਣ ਧਿਆਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜਿਓ ਦੂਜਾ ਕੌਣ ਧਿਆਈਐ ਰਾਜਨ ਕੇ ਰਾਜਾ 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 ਰਾਜਨ ਕੇ ਰਾਜਾ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋ
ਗੁਰੂ ਨਾਨਕ ਪਦ ਪੰਕਜ
पंकज बंदन पद पंकज बंदन सिमरो अंगद दोख निकंदन अमरदास गुर हृदय त्याब गुर हृदय त्याब श्री गुरु रामदास गुण गाब श्री अर्जुन विघ्नन के नाश विघ्नन के नाशक हर गोविंद शोभ सुमत प्रकाशक श्री हर राय नमो कर जो नमो कर जोरी गुर हर कृष्ण मनाय बहोरी तेग बहादुर परम कृपाला परम कृपाला श्री गुरु गोविंद सिंह विशाला तरों तरा पर पौन पौन शीसा पौन पौन शीसा बंदों बार बार जगदीसा जिसमें अमृत ज्ञान है मानक भगत वैरा श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच बिकार तिन संतन का बंदना सिर चरणन परतार एक ओंकारा सतगुरु तेह प्रसाद सच हो वाहिगुरु जी की फतेह बिघन विनाशन सोए सतनाम श्री वाहिगुरु साहिब जी दोहरा टुटे जोदा जम द्वै श्री अर्जन टेक आए कर बंदन बैठ तब बुझो सहज सुभाए
ਟੁੱਟੇ ਜੋਧਾ ਜਾਮ ਦੁਆ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਮਹਾਨ ਤਪ ਅਸਥਾਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਾਸੀ ਜੀ ਦੇ ਸਪੁੱਤਰ ਮਹਾਨ ਤਪਸਵੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਰਾਮ ਥੰਮਣ ਸਾਹਿਬ ਜੀ ਜਿਨ੍ਹਾਂ ਨੇ ਇਸ ਅਸਥਾਨ 'ਤੇ ਬਹੁਤ ਲੰਮਾ ਸਮਾਂ ਰਹਿ ਕੇ ਨਾਮ ਗੁਰਬਾਣੀ ਦੀ ਕਮਾਈ ਕੀਤੀ ਮਹਾਨ ਘਾਲਣਾ ਘਾਲੀ ਮਹਾਨ ਤਪੱਸਿਆ ਕੀਤੀ ਉਹਨਾਂ ਦੀ ਯਾਦ ਵਿੱਚ ਇਹ ਪਾਵਨ ਅਸਥਾਨ ਗੁਰਦੁਆਰਾ ਬਾਬਾ ਰਾਮ ਥੰਮਣ ਸਾਹਿਬ ਜੀ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਇਸ ਅਸਥਾਨ ਉੱਤੇ ਦੋ ਰੋਜ਼ਾ ਇਹ ਗੁਰਮਤ ਸ਼ਹੀਦੀ ਸਮਾਗਮਾਂ ਦੇ ਪ੍ਰੋਗਰਾਮ ਉਲੀਕੇ ਗਏ ਹਨ। ਸਤਿਸੰਗ ਜੀ ਅੱਜ ਤੋਂ ਲਗਭਗ 32 ਸਾਲ ਪਹਿਲਾਂ ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ 'ਤੇ ਤੋਪਾਂ ਟੈਂਕਾਂ ਦੇ ਨਾਲ ਬੜੀ ਨਿਰਦੈਤਾ ਔਰ ਨਿਰਭੈਤਾ ਦੇ ਨਾਲ ਬੜੀ ਜ਼ਾਲਮਾਨਾ ਬਿਰਤੀ ਦੇ ਨਾਲ ਬੜੀ ਕਰੂਰਤਾ ਦੇ ਨਾਲ ਹਮਲਾ ਕੀਤਾ। ਉਸ ਹਮਲੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਔਰ ਲੱਖਾਂ ਦੀ ਗਿਣਤੀ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਮਨਾ ਰਹੀਆਂ ਸੰਗਤਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਤੋਂ ਇਲਾਵਾ 37 ਹੋਰ ਗੁਰਧਾਮਾਂ 'ਤੇ ਵੀ ਹਮਲੇ ਕੀਤੇ ਗਏ, ਪਰ ਕਲਗੀਧਰ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਹੋਈ ਮਹਾਨ ਦਮਦਮੀ ਟਕਸਾਲ ਉਸ ਜਥੇਬੰਦੀ ਦੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਰਨਲ ਸਰਦਾਰ ਸੁਬੇਗ ਸਿੰਘ ਜੀ, ਬਾਬਾ ਅਠਾਰਾ ਸਿੰਘ ਜੀ, ਅਣਗਿਣਤ ਨਾਮ ਜਪਣ ਵਾਲੇ ਨਾਮ ਰਸੀਏ ਸੂਰਬੀਰ ਯੋਧਿਆਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ। ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਹਨਾਂ ਸਮਾਗਮਾਂ ਦੀ ਲੜੀ ਚੱਲ ਰਹੀ ਹੈ। ਸਤਿਸੰਗਤ ਜੀ, ਕੱਲ੍ਹ ਵੀ ਆਪ ਜੀ ਨੇ ਇਹਨਾਂ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਦੀ ਹਜ਼ੂਰੀ ਵਿਖੇ ਪਹੁੰਚ ਕੇ
ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਸਤਿਕਾਰਯੋਗ ਗਿਆਨੀ ਪ੍ਰਵਿੰਦਰਪਾਲ ਸਿੰਘ ਜੀ ਦੀ ਰਚਨਾ ਤੋਂ ਬਹੁਤ ਸੁੰਦਰ ਗੁਰਬਾਣੀ ਗੁਰਮਤਿ ਦੀਆਂ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਸਨ। ਸਤਿਸੰਗਤ ਜੀ, ਇਸ ਅਸਥਾਨ 'ਤੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਸੇਵਾ ਕਰਵਾਈ। ਸਾਰੇ ਨਗਰ ਵੱਲੋਂ, ਇਲਾਕੇ ਵੱਲੋਂ ਮਹਾਂਪੁਰਖਾਂ ਨੂੰ ਇਸ ਅਸਥਾਨ ਦੀ ਜ਼ਿੰਮੇਵਾਰੀ ਸੰਭਾਲੀ ਗਈ ਔਰ ਉਹਨਾਂ ਨੇ ਇੱਥੇ ਆ ਕੇ ਬੜਾ ਭਾਰੀ ਇਸ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕੀਤਾ, ਸੰਗਤਾਂ ਨੂੰ ਗੁਰਮਤਿ ਨਾਲ, ਗੁਰਸਿੱਖੀ ਨਾਲ ਜੋੜਿਆ ਔਰ ਆਪ ਜੀ ਨੇ ਇਸ ਅਸਥਾਨ ਦੀ ਵੀ, ਸਰੋਵਰ ਦੀ ਵੀ ਸੇਵਾ ਕਰਵਾਈ। ਉਹਨਾਂ ਮਹਾਂਪੁਰਖਾਂ ਤੋਂ ਉਪਰੰਤ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਨੇ ਵੀ ਇਸ ਅਸਥਾਨ ਦੀਆਂ ਮਹਾਨ ਸੇਵਾਵਾਂ ਕਰਵਾਈਆਂ। ਜੋ ਇਸ ਗੁਰਦੁਆਰਾ ਸਾਹਿਬ ਜੀ ਦੇ ਸੱਜੇ ਹੱਥ 101 ਫੁੱਟ ਦਾ ਉੱਚਾ ਬੜਾ ਸੁੰਦਰ ਨਿਸ਼ਾਨ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਨਿਸ਼ਾਨ ਸਾਹਿਬ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਆਪਣੇ ਹੱਥੀਂ ਲਾਇਆ। ਆਪ ਸਾਰੀ ਨਿਸ਼ਾਨ ਸਾਹਿਬ ਜੀ ਦੀ ਸੇਵਾ ਕਰਵਾਈ। ਉਦੋਂ ਜਥਾ ਇੱਥੇ ਕੁਝ ਦਿਨਾਂ ਲਈ ਆਇਆ ਹੋਇਆ ਸੀ, ਦਾਸ ਵੀ ਛੋਟੀ ਉਮਰ ਦੇ ਵਿੱਚ ਉਦੋਂ ਜਥੇ ਵਿੱਚ ਮਹਾਂਪੁਰਖਾਂ ਦੇ ਨਾਲ ਸੀ। ਇਹ ਬੜੇ ਮਜ਼ਬੂਤ ਪੈਰ ਬੜੀ ਦੂਰੋਂ ਮੰਗਵਾਏ ਗਏ ਔਰ ਮਹਾਂਪੁਰਖਾਂ ਨੇ ਬਾਬਾ ਠਾਰਾ ਸਿੰਘ ਜੀ ਨੂੰ ਨਿਸ਼ਾਨ ਸਾਹਿਬ ਵਾਲੇ ਪੈਪ ਲੈਣ ਵਾਸਤੇ ਆਪ ਭੇਜਿਆ ਸੀ ਔਰ ਇਹ ਸਾਰੀ ਸੇਵਾ ਉਹਨਾਂ ਮਹਾਂਪੁਰਖਾਂ ਨੇ ਆਪਣੇ ਹਸਤ ਕਮਲਾਂ ਦੁਆਰਾ ਸਾਰੀ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ। ਉਹਨਾਂ ਤੋਂ ਉਪਰੰਤ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਸਾਰੀਆਂ ਸੇਵਾਵਾਂ ਨਿਭਾਉਂਦੇ ਰਹੇ। ਹੁਣ ਵੀ ਜਥੇਬੰਦੀ ਵੱਲੋਂ ਹੀ ਸਾਰੀ ਸੇਵਾ ਚੱਲ ਰਹੀ ਹੈ। ਸਤਿਕਾਰਯੋਗ ਬਾਬਾ ਲੱਖਾ ਸਿੰਘ ਜੀ ਜਥੇਬੰਦੀ ਵੱਲੋਂ ਇਸ ਅਸਥਾਨ ਦੀ ਸਾਰੀ ਸੇਵਾ ਬੜੀ ਸ਼ਰਧਾ ਭਾਵਨਾ ਦੇ ਨਾਲ ਨਿਭਾ ਰਹੇ ਹਨ। ਸੋ ਸਤਿਸੰਗਤ ਜੀ, ਇਸ ਅਸਥਾਨ ਦੇ ਉੱਤੇ ਇਹ 2 ਰੋਜ਼ਾ ਸ਼ਹੀਦੀ ਸਮਾਗਮ ਰੱਖੇ ਗਏ ਹੈ। ਆਓ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰ ਇਤਿਹਾਸ ਦੀ ਕਥਾ ਆਪ ਸੰਗਤਾਂ ਸਾਧ ਸੰਗਤ ਜੀ ਬੜੀ ਸ਼ਰਧਾ ਔਰ ਭਾਵਨਾ ਨਾਲ ਪ੍ਰੇਮ ਨਾਲ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਟੁੱਟੇ ਜੋਧਾ ਜਾਮ ਦਵੈ। ਇਹ ਪ੍ਰਸੰਗ, ਇਹ ਕਥਾ ਸਾਧ ਸੰਗਤ ਜੀ ਸ੍ਰੀ ਗੁਰੂ ਪ੍ਰਤਾਪ ਸੂਰਜ ਦੇ ਅੰਦਰ ਗੁਰੂ ਘਰ ਦੇ ਮਹਾਨ ਵਿਦਵਾਨ ਚੂੜਾਮਣ ਕਵੀ ਮਹਾਂਪੁਰਖ ਬ੍ਰਹਮ ਗਿਆਨੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੀ ਸ਼ਰਧਾ ਦੇ ਨਾਲ, ਬੜੀ ਭਾਵਨਾ ਦੇ ਨਾਲ, ਬੜੇ ਵਿਸ਼ਵਾਸ ਦੇ ਨਾਲ, ਬੜੇ ਪ੍ਰੇਮ ਦੇ ਰੰਗ ਵਿੱਚ, ਗੁਰੂ ਦੇ ਰੰਗ ਵਿੱਚ ਰੰਗ ਕੇ ਉਹਨਾਂ ਨੇ ਇਹ ਗੁਰ ਇਤਿਹਾਸ ਮਹਾਨ ਕਾਵਿ ਆਪਣੀ ਮੁਖਾਰ ਬਿੰਦ ਆਪਣੀ ਪਾਵਨ ਰਸਨਾ ਤੋਂ ਆਪ ਹੀ ਉਚਾਰਿਆ ਅਤੇ ਆਪ ਹੀ ਲਿਖਿਆ। ਦੁਨੀਆਂ ਵਿੱਚ ਵੱਡੇ ਵੱਡੇ ਵਿਦਵਾਨ ਇਤਿਹਾਸਕਾਰ ਹੋਏ ਜਿਨ੍ਹਾਂ ਨੇ ਜੇ ਕਵਿਤਾ ਉਚਾਰੀ ਤਾਂ ਆਪ ਨਹੀਂ ਲਿਖੀ, ਪਰ ਭਾਈ ਸਾਹਿਬ ਨੇ ਇਹ ਇਤਿਹਾਸ ਸਾਰਾ ਆਪਣੇ ਮੁਖਾਰ ਬਿੰਦ ਤੋਂ ਆਪ ਉਚਾਰਿਆ, ਆਪ ਹੀ ਆਪਣੀ ਕਲਮ ਦੇ ਨਾਲ, ਪਾਵਨ ਕਲਮ ਦੇ ਨਾਲ ਉਹਨਾਂ ਨੇ ਲਿਖਣਾ ਕੀਤਾ ਔਰ ਲਿਖ ਕਰਕੇ ਸਮੁੱਚਾ ਇਤਿਹਾਸ ਖਾਲਸਾ ਪੰਥ ਦੇ ਹਾਜ਼ਰ ਕਰ ਦਿੱਤਾ।
ਕਰਨੀ ਵਾਲਿਆਂ ਦੀ ਘਾਲਣਾ ਨੂੰ ਪੰਥ ਦੇ ਵਿੱਚ ਗੁਰੂ ਘਰ ਦੇ ਵਿੱਚ ਸਨਮਾਨ ਮਿਲਦਾ। ਸਤਿਸੰਗ ਜੀ ਦੇ ਮਹਾਂਪੁਰਖ ਭਾਈ ਸੰਤੋਖ ਸਿੰਘ ਜੀ ਦੀ ਇੰਨੀ ਉੱਚੀ ਸੁੱਚੀ ਕਰਨੀ ਕਮਾਈ ਸੀ, ਬੰਦਗੀ ਸੀ, ਤਪੱਸਿਆ ਸੀ, ਭਗਤੀ ਸੀ, ਗੁਰਮਤ ਦੇ ਗਿਆਤਾ ਗਏ ਮਹਾਨ ਵਿਦਵਾਨ ਮਹਾਂਪੁਰਖ ਸਨ। ਉਹਨਾਂ ਦੇ ਇੱਕ ਇੱਕ ਅੱਖਰ ਦੇ ਵਿੱਚੋਂ ਗੁਰੂ ਪਿਆਰ, ਗੁਰੂ ਸ਼ਰਧਾ ਡੁੱਲ ਡੁੱਲ ਕਰਕੇ ਪੈਂਦਾ ਹੈ। ਤਾਂ ਹੀ ਪੰਥ ਦੇ ਵਿੱਚ ਇੰਨਾ ਸਮਾਂ ਸਾਧ ਸਿੰਘ ਜੀ ਕਈ ਦਹਾਕੇ ਗੁਜ਼ਰ ਗਏ, ਅੱਜ ਵੀ ਉਹਨਾਂ ਦੀ ਰਚਨਾ ਨੂੰ ਐਡਾ ਵੱਡਾ ਸਨਮਾਨ ਸਤਿਕਾਰ ਹੈ ਸਾਰੇ ਤਖਤਾਂ 'ਤੇ। ਇਸੇ ਗੁਰ ਇਤਿਹਾਸ ਦੀ ਕਥਾ ਹੁੰਦੀ ਹੈ ਔਰ ਗੁਰ ਇਤਿਹਾਸਕ ਸਥਾਨਾਂ 'ਤੇ ਸਿੱਖ ਜਥੇਬੰਦੀਆਂ ਵਿੱਚ, ਸੰਪਰਦਾਵਾਂ ਵਿੱਚ ਵੀ ਔਰ ਗੁਰੂ ਘਰਾਂ ਦੇ ਵਿੱਚ ਹੀ ਇਹ ਸਾਰਾ ਇਤਿਹਾਸ ਵਿਚਾਰਿਆ ਜਾਂਦਾ ਹੈ, ਸੰਗਤਾਂ ਨੂੰ ਸਰਵਣ ਕਰਵਾਇਆ ਜਾਂਦਾ ਹੈ। ਸਾਧ ਸੰਗਤ ਜੀ, ਆਪਾਂ ਇਹ ਵੇਖੋ ਕਿ ਉਹਨਾਂ ਨੇ ਕਿੰਨਾ ਵੱਡਾ ਪਰ ਉਪਕਾਰ ਕੀਤਾ, ਕਿੰਨੇ ਸਾਲਾਂ ਦੀ ਉਹਨਾਂ ਦੀ ਅਣਥੱਕ ਘਾਲਣਾ ਹੋਏਗੀ। ਨੁਕਤਾਚੀਨੀ ਕਰਨ ਨੂੰ ਤਾਂ ਬੜਾ ਲੋਕ ਛੇਤੀ ਨੁਕਤਾਚੀਨੀ ਕਰਨ ਲੱਗ ਜਾਂਦੇ ਹੈ, ਪਰ ਆਪ ਭਾਵੇਂ ਇੱਕ ਲਾਈਨ ਵੀ ਲਿਖਣ ਦੀ ਯੋਗਤਾ ਨਾ ਰੱਖਣ, ਨਿੰਦਿਆ ਐਡੇ ਐਡੇ ਵੱਡੇ ਮਹਾਂਪੁਰਖਾਂ ਦੀ ਕਰਦੇ ਹੈ ਜਿਨ੍ਹਾਂ ਨੇ ਐਡਾ ਵੱਡਾ ਮਹਾਂਕਾਵਿ ਲਿਖਿਆ ਜਿਸ ਦਾ ਮੁਕਾਬਲਾ ਹੀ ਨਹੀਂ ਕੋਈ ਵੱਡੇ ਤੋਂ ਵੱਡਾ ਵਿਦਵਾਨ ਕਰ ਸਕਦਾ। ਸਾਧ ਸੰਗਤ ਜੀ, ਭਾਈ ਸਾਹਿਬ ਦੇ ਅੰਦਰ ਇਹ ਕਿਉਂ ਫੁਰਨਾ ਫੁਰਿਆ? ਜਦੋਂ ਉਹਨਾਂ ਨੇ ਵੇਖਿਆ ਕਿ ਲੋਕ ਪਿੰਡਾਂ ਦੇ ਵਿੱਚ ਮਹਾਂਭਾਰਤ ਦੀ ਕਥਾ ਸੁਣਦੇ, ਰਮਾਇਣ ਦੀ ਕਥਾ ਸੁਣਦੇ, ਗੁਰੂ ਕਾ ਕੋਈ ਇਤਿਹਾਸ ਨਹੀਂ ਸੀ ਖਾਲਸੇ ਪਾਸ, ਫਿਰ ਉਹਨਾਂ ਨੂੰ ਸਤਿਗੁਰੂ ਜੀ ਨੇ ਸੰਕਲਪ ਉਹਨਾਂ ਦੇ ਹਿਰਦੇ ਵਿੱਚ ਪੈਦਾ ਕੀਤਾ ਕਿ ਅਸੀਂ ਵੀ ਐਸਾ ਗੁਰ ਇਤਿਹਾਸ ਰਚੀਏ ਜਿਸ ਦੀ ਕਥਾ ਸੰਗਤਾਂ ਗੁਰੂ ਕੇ ਪ੍ਰੇਮ ਵਿੱਚ ਭਿੱਜ ਕੇ ਦਸ ਗੁਰੂ ਸਾਹਿਬਾਨਾਂ ਦਾ ਇਤਿਹਾਸ ਸੁਣਿਆ ਕਰਨ। ਸੋ ਇਹ ਪਰ ਉਪਕਾਰ ਉਹਨਾਂ ਨੇ ਕੀਤਾ ਹੈ ਔਰ ਕਿੰਨੇ ਪ੍ਰੇਮ ਵਿੱਚ ਭਿੱਜ ਕੇ ਉਹਨਾਂ ਨੇ ਇਹ ਕਥਾ ਲਿਖੀ ਹੈ। ਸਤਿ ਸੰਗਤ ਜੀ, ਕਿਤਨੀ ਵੱਡੀ ਉਹਨਾਂ ਦੀ ਦੇਣ ਹੈ, ਕਿਤਨੀ ਵੱਡੀ ਉਹਨਾਂ ਮਹਾਂਪੁਰਖਾਂ ਦੀ ਘਾਲਣਾ ਹੈ। ਸਾਡਾ ਤਾਂ ਉਹਨਾਂ ਦੀ ਘਾਲਣਾ ਲਈ ਰੋਮ ਰੋਮ ਕਰਕੇ ਸਿਰ ਉਹਨਾਂ ਦੇ ਚਰਨਾਂ ਵਿੱਚ ਹਮੇਸ਼ਾ ਝੁਕਦਾ ਹੈ। ਸੋ ਸਾਧ ਸੰਗਤ ਜੀ, ਭਾਈ ਸਾਹਿਬ ਦੀ ਇਹ ਮਹਾਨ ਕਿਰਪਾ ਕਹਿ ਲਓ, ਪਰਉਪਕਾਰ ਕਹਿ ਲਓ, ਘਾਲਣਾ ਕਹਿ ਲਓ, ਇਹ ਤਾਂ ਹੀ ਸਾਡੇ ਤੱਕ ਗੁਰੂ ਕਾ ਇਤਿਹਾਸ ਅੱਜ ਪੁੱਜਿਆ ਹੈ, ਵਰਨਾ ਅਸੀਂ ਕਿੱਥੋਂ ਇੰਨਾ ਵਿਸਥਾਰ ਪੂਰਵਕ ਇਤਿਹਾਸ ਲੱਭ ਕੇ ਕਿੱਥੋਂ ਗੁਰੂ ਕੀਆਂ ਕਰਨੀਆਂ ਸੁਣਨੀਆਂ ਪੜ੍ਹਨੀਆਂ ਸਨ। ਸੋ ਸਾਧ ਸੰਗਤ ਜੀ, ਭਾਈ ਸਾਹਿਬ ਜੀ ਨੇ ਇਹ ਸਾਰਾ ਗੁਰ ਇਤਿਹਾਸ ਲਿਖਿਆ ਹੈ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਔਰ ਇਸੇ ਤਰ੍ਹਾਂ ਸਾਧ ਸੰਗਤ ਜੀ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ। ਇਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਅਮਰ ਕਾਵਿ ਕਹਿ ਲਓ ਜਾਂ ਉਹਨਾਂ ਦੇ ਲਿਖੇ ਹੋਏ ਮਹਾਨ ਸਾਹਿਤਕ ਗੁਰਬਾਣੀ ਦੇ ਅਰਥਾਂ ਦੇ ਗ੍ਰੰਥ ਵੀ। ਜਪਜੀ ਸਾਹਿਬ ਦਾ ਟੀਕਾ ਵੇਖ ਲਓ, ਉਹਨਾਂ ਦਾ ਟੀਕਾ ਸਾਧ ਸੰਗਤ ਜੀ, ਗਰਭਗੰਜਨੀ ਨਾਮੇ ਟੀਕਾ ਉਹਨਾਂ ਨੇ ਸ਼੍ਰੀ ਜਪਜੀ ਸਾਹਿਬ ਦਾ ਲਿਖਿਆ। ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਗਰਭਗੰਜਨੀ ਟੀਕੇ ਦੀਆਂ ਚਾਰ ਲਾਈਨਾਂ ਨਹੀਂ ਅੱਜ ਦੇ ਵਿਦਵਾਨ ਪੜ੍ਹ ਸਕਦੇ, ਉਹਦੇ ਅਰਥ ਭਾਵ ਨੂੰ ਨਹੀਂ ਸਮਝ ਸਕਦੇ, ਕਿੰਨੇ ਵੱਡੇ ਡੂੰਘੇ ਅਲੰਕਾਰ ਉਹਦੇ ਵਿੱਚ ਲਿਖੇ ਹੋਏ ਹੈ। ਉਹ ਵੀ ਕਿਉਂ ਲਿਖਣ ਦੀ ਲੋੜ ਪਈ ਸੀ? ਜਦੋਂ ਜਪਜੀ ਸਾਹਿਬ ਦਾ ਟੀਕਾ ਗਰਭਗੰਜਨੀ ਨਾਮ ਹੇਠ ਲਿਖਿਆ, ਉਦੋਂ ਆਨੰਦ ਘਨ ਸਾਧ ਸੀ ਸਾਧ ਸੰਗਤ ਜੀ, ਉਸ ਨੇ ਜਪਜੀ ਸਾਹਿਬ ਦਾ ਟੀਕਾ ਬੜੀ ਮਨਮਤ ਦੇ ਨਾਲ ਲਿਖਿਆ ਔਰ ਬੜੀਆਂ
ਗੁਰੂ ਕੇ ਉੱਤੇ ਉਸਨੇ ਤਰਕਾਂ ਕੀਤੀਆਂ ਬਾਣੀ ਦੇ ਉੱਤੇ। ਗੁਰੂ ਸਾਹਿਬ ਨੂੰ ਬੜਾ ਉਹਨੇ ਨੀਵਾਂ ਦਿਖਾਉਣ ਦਾ ਯਤਨ ਕੀਤਾ ਕਿ ਗੁਰੂ ਸਾਹਿਬ ਕੋਈ ਬਹੁਤਾ ਵਿਦਵਾਨ ਨਹੀਂ ਸਨ, ਇਸ ਗੁਰਬਾਣੀ ਵਿੱਚ ਕੋਈ ਡੂੰਘੇ ਤੱਤ ਨਹੀਂ ਰੱਖੇ ਹੋਏ, ਕੋਈ ਬਹੁਤਾ ਗੁਰਬਾਣੀ ਦਾ ਇਹਦੇ ਵਿੱਚੋਂ ਕੋਈ ਡੂੰਘੀ ਵਿਚਾਰ ਨਹੀਂ ਸਾਨੂੰ ਸਮਝ ਵਿੱਚ ਆਉਂਦੀ। ਫਿਰ ਭਾਈ ਸਾਹਿਬ ਨੇ ਉਸ ਦਾ ਹੰਕਾਰ ਤੋੜਨ ਵਾਸਤੇ ਜਪਜੀ ਸਾਹਿਬ ਦਾ ਟੀਕਾ ਗਰਭਗੰਜਨੀ ਟੀਕਾ ਲਿਖਿਆ, ਇੱਕੋ ਹੀ ਬਾਣੀ ਸ੍ਰੀ ਜਪਜੀ ਸਾਹਿਬ ਦਾ। ਅਤੇ ਸਾਧ ਸੰਗਤ ਜੀ ਵੱਡੇ ਵੱਡੇ ਵਿਦਵਾਨ ਹੈਰਾਨ ਰਹਿ ਗਏ, ਆਨੰਦ ਘਨ ਵਰਗੇ ਪਖੰਡੀਆਂ ਦਾ ਇਹੋ ਜਿਹੇ ਹੰਕਾਰੀ ਵਿਦਵਾਨਾਂ ਦਾ ਮਾਣ ਤੋੜ ਕੇ ਰੱਖ ਦਿੱਤਾ ਸੀ। ਐਡੀ ਮਹਾਨ ਰਚਨਾ ਭਾਈ ਸਾਹਿਬ ਨੇ ਕੀਤੀ। ਭਾਈ ਸਾਹਿਬ ਦੀਆਂ ਬਹੁਤ ਵੱਡੀਆਂ ਰਚਨਾਵਾਂ ਹਨ, ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹਨ, ਭਾਈ ਸਾਹਿਬ ਦੀ ਨਿੰਦਿਆ ਕਰਨੀ ਵੀ ਬੜੀ ਸੌਖੀ ਹੈ, ਪਰ ਕਰਨੀ ਤਾਂ ਵੇਖੋ ਉਹਨਾਂ ਦੀ ਕਿੱਡੀ ਮਹਾਨ ਹੈ। ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਤੋੜ ਕੇ ਰੱਖ ਦਿੱਤੇ, ਕੋਈ ਆਪਣੀ ਮਹਿਮਾ ਥੋੜੋ ਉਹਨਾਂ ਨੇ ਕੀਤੀ, ਗੁਰੂ ਕੀ ਮਹਿਮਾ ਡਿਣਾਈ ਸੰਸਾਰ ਵਿੱਚ, ਕਿ ਗੁਰੂ ਕੀ ਬਾਣੀ ਕਿੰਨੀ ਵੱਡੀ ਸੰਸਾਰ ਦੇ ਅੰਦਰ ਮਹਾਨ ਵਿੱਦਿਆ ਦਾ ਅਮੋਲਕ ਖਜ਼ਾਨਾ। ਗੁਰਬਾਣੀ ਵਿੱਚ ਐਸੇ ਸਿਧਾਂਤ ਹੈ ਜਿਹੜੇ ਵੱਡੇ ਵੱਡੇ ਗ੍ਰੰਥਾਂ ਔਰ ਸ਼ਾਸਤਰਾਂ ਵਿੱਚ ਵੀ ਐਸੇ ਸਿਧਾਂਤ ਨਹੀਂ। ਉਹ ਭਾਈ ਸਾਹਿਬ ਨੇ ਖੋਲ੍ਹ ਕੇ ਸਾਰਾ ਕੁਝ ਆਪਣੀ ਕਲਮ ਦੇ ਨਾਲ ਲਿਖਿਆ ਔਰ ਸਾਡੇ 'ਤੇ ਪਰਉਪਕਾਰ ਕਰਦਿਆਂ ਲਿਖਿਆ ਕਿ ਸੰਗਤਾਂ ਗੁਰੂ ਕੇ ਇਤਿਹਾਸ ਪ੍ਰਤੀ, ਗੁਰੂ ਕੇ ਕੌਤਕਾਂ ਪ੍ਰਤੀ, ਗੁਰੂ ਕੀਆਂ ਕਰਨੀਆਂ ਪ੍ਰਤੀ ਸਾਡੇ ਮਨ ਵਿੱਚ ਸ਼ਰਧਾ ਪੈਦਾ ਹੋ ਜਾਏ, ਪ੍ਰੇਮ ਪੈਦਾ ਹੋ ਜਾਏ, ਅਸੀਂ ਸਿੱਖੀ ਨਾਲ ਜੁੜ ਜਾਈਏ। ਸੋ ਉਹਨਾਂ ਦੀ ਕਿੱਡੀ ਵੱਡੀ ਸ਼ੁੱਧ ਮਨਸਾ ਸੀ, ਕਿੰਨਾ ਉਹਨਾਂ ਦੇ ਅੰਦਰ ਸਿੱਖੀ ਦਾ ਜਜ਼ਬਾ ਸੀ, ਕਿੰਨਾ ਗੁਰੂ ਦਾ ਉਹਨਾਂ ਦੇ ਮਨ ਵਿੱਚ ਸਤਿਕਾਰ ਸੀ, ਭੈ ਸੀ। ਸੋ ਸਾਧ ਸੰਗਤ ਜੀ ਉਹਨਾਂ ਮਹਾਂਪੁਰਖਾਂ ਦੀ ਬਹੁਤ ਵੱਡੀ ਦੇਣ ਹੈ। ਸੋ ਭਾਈ ਜਿੰਨੀ ਜਿੰਨੀ ਕਿਸੇ ਨੇ ਸੇਵਾ ਕੀਤੀ ਕੌਮ ਲਈ, ਪੰਥ ਲਈ, ਔਰ ਜਿਹਨੇ ਨਿਸ਼ਕਾਮ ਸੇਵਾ ਕੀਤੀ ਹੈ, ਬਿਨਾਂ ਕਿਸੇ ਦੁਬਧਾ ਤੋਂ ਸੇਵਾ ਕੀਤੀ ਹੈ, ਉਹਨਾਂ ਦਾ ਉਨਾ ਹੀ ਪੰਥ ਵਿੱਚ ਹਮੇਸ਼ਾ ਸਨਮਾਨ ਹੈ। ਜੇ ਦੋ ਚਾਰ ਬੰਦੇ ਨਹੀਂ ਵੀ ਕਰਨਗੇ ਫਿਰ ਕਿਹੜਾ ਕੋਈ ਫਰਕ ਪੈ ਚੱਲਿਆ। ਸੋ ਸਾਧ ਸੰਗਤ ਜੀ ਭਾਈ ਸਾਹਿਬ ਇੱਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਸੰਗਾਂ ਦੀ ਕਥਾ ਲਿਖ ਰਹੇ ਆ ਕਿ ਜਿਵੇਂ ਜਿਵੇਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸਿੱਖ ਆਏ, ਕਿਵੇਂ ਕਿਵੇਂ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ਿਸ਼ਾਂ ਨਾਲ ਨਵਾਜਿਆ। ਅੱਜ ਦਾ ਪ੍ਰਸੰਗ ਆਰੰਭ ਹੋ ਰਿਹਾ ਹੈ। ਦੋ ਸਿੱਖ ਆਏ ਹਨ, ਭਾਈ ਧੁੱਟੇ ਜਾਮੂ ਅਤੇ ਭਾਈ ਜੋਧ। 11ਵੀਂ ਵਾਰ ਵਿੱਚ ਜਾਮੂ ਧੁੱਟੇ ਲਿਖਿਆ ਹੋਇਆ ਹੈ, ਇਸ ਕਰਕੇ ਇੱਥੇ ਪਹਿਲਾਂ ਧੁੱਟੇ, ਫਿਰ ਜੋਧ, ਫਿਰ ਜਾਮ, ਇਹ ਅੱਖਰ ਆ ਰਹੇ ਹਨ। ਸੁਣੋ ਪ੍ਰੇਮ ਦੇ ਨਾਲ। ਸ੍ਰੀ ਅਰਜਨ ਟਿਕ ਆਏ ਇਉਂ ਧੁੱਟੇ ਜੋਧਾ ਜਾਮ ਦਵੈ। ਭਾਈ ਧੁੱਟੇ ਜਾਮ ਅਤੇ ਭਾਈ ਜੋਧਾ, ਇਹ ਦੋ ਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ ਹਨ। ਕਰ ਬੰਦਨ ਬੈਠੇ ਤਬ ਇਹਨਾਂ ਨੇ ਨਮਸਕਾਰ ਕਰਕੇ ਮੱਥਾ ਟੇਕ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਗਏ ਹਨ। ਪੂਜੇ ਸਹਿਜ ਸੁਭਾਏ ਸੋਤੇ ਹੀ ਸਾਧ ਸੰਗਤ ਜੀ ਇਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸਾਡੀ ਇੱਕ ਇੱਛਾ ਹੈ, ਸਾਡਾ ਵੀ ਮਨ ਦਾ ਸੰਕਲਪ ਹੈ, ਸਾਡੀ ਵੀ ਇੱਕ ਬੇਨਤੀ ਹੈ, ਸਾਡੇ ਉੱਤੇ ਵੀ ਕਿਰਪਾ ਕਰੋ। ਸਤਿਗੁਰੂ ਜੀ ਨੂੰ ਇਹਨਾਂ ਨੇ ਬੇਨਤੀ ਕਰਕੇ ਪੁੱਛਿਆ, ਕੀ ਪੁੱਛਿਆ?
ਅਗਲੀਆਂ ਪੰਕਤੀਆਂ ਵਿੱਚ ਸਾਰਾ ਨਿਰਣਾ ਹੋਏਗਾ। ਚੌਪਈ ਸ਼੍ਰੀ ਗੁਰ ਇਮ ਹੈ ਹੁਕਮ ਤੁਮਾਰੋ। ਹੇ ਸਤਿਗੁਰੂ ਜੀ, ਤੁਹਾਡਾ ਹੇ ਸ਼੍ਰੋਮਣੀ ਸਤਿਗੁਰੂ, ਪੂਜਨੀਕ ਸਤਿਗੁਰੂ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਇਸ ਤਰ੍ਹਾਂ ਹੁਕਮ ਹੈ, ਆਪ ਜੀ ਦੀ ਇਹ ਆਗਿਆ ਹੈ ਸਾਰਿਆਂ ਨੂੰ। ਮਨ ਇਕਾਗਰ ਕਰ ਭਜਨ ਸੁਧਾਰੋ। ਕਿ ਭਾਈ ਮਨ ਨੂੰ ਇਕਾਗਰ ਕਰਕੇ, ਮਨ ਨੂੰ ਭਟਕਣ ਨਹੀਂ ਦੇਣਾ, ਮਨ ਨੂੰ ਲਾਂਭੇ ਨਹੀਂ ਜਾਣ ਦੇਣਾ, ਮਨ ਨੂੰ ਇਕਾਗਰ ਕਰਕੇ, ਮਨ ਇਕਾਗਰ ਸੁਧਾਰੋ, ਮਨ ਨੂੰ ਸੁਧਾਰ ਕੇ ਸਾਵਧਾਨ ਕਰਕੇ, ਸਾਵਧਾਨ ਇਕਾਗਰ ਚੀਤ, ਐਨ ਇਕਾਗਰਤਾ ਦੇ ਨਾਲ ਇਕਾਗਰ ਚਿੱਤ ਹੋ ਕੇ, ਇੱਕ ਮਨ ਹੋ ਕੇ ਵਾਹਿਗੁਰੂ ਦਾ ਭਜਨ ਕਰੋ, ਨਾਮ ਜਪੋ, ਸਿਮਰਨ ਕਰੋ, ਜਾਪ ਕਰੋ। ਇਹ ਸਤਿਗੁਰੂ ਜੀ ਤੁਹਾਡਾ ਹੁਕਮ ਹੈ, ਸਾਰਿਆਂ ਨੂੰ ਆਪ ਜੀ ਦੀ ਇਹ ਆਗਿਆ ਹੈ ਕਿ ਇਕਾਗਰ ਮਨ ਕਰਕੇ ਵਾਹਿਗੁਰੂ ਦੇ ਨਾਮ ਦਾ ਭਜਨ ਕਰਨਾ ਹੈ। ਕਰ ਹਾਰੇ ਹਮ ਅਨਕੇ ਉਪਾਏ। ਪਰ ਸੱਚੇ ਪਾਤਸ਼ਾਹ ਅਸੀਂ ਹਾਰ ਗਏ, ਥੱਕ ਗਏ, ਬੜੇ ਉਪਾਅ ਯਤਨ ਕੀਤੇ ਹਨ, ਬੜੀਆਂ ਮਿਹਨਤਾਂ ਮੁਸ਼ਕਤਾਂ ਕੀਤੀਆਂ ਹਨ, ਬੜਾ ਜ਼ੋਰ ਵੀ ਲਾਇਆ ਹੈ ਆਪਣੇ ਵੱਲੋਂ, ਨਹੀਂ ਇਕਾਗਰਤਾ ਮਨ ਨਹੀਂ ਇਕਾਗਰਤਾ ਮਨ ਪਾਏ, ਨਹੀਂ ਇਕਾਗਰਤਾ ਮਨ ਪਾਏ। ਸੋ ਜਿਹੜਾ ਮਨ ਹੈ ਇਸ ਨੂੰ ਇਕਾਗਰਤਾ ਨਹੀਂ ਮਿਲਦੀ, ਇਹ ਟਿਕਦਾ ਨਹੀਂ ਬਾਣੀ ਵਿੱਚ, ਭਜਨ ਵਿੱਚ ਜੁੜਦਾ ਨਹੀਂ। ਅਤੇ ਆਪਣੇ ਵੀ ਇਹੀ ਸਵਾਲ ਹੁੰਦੇ ਆ, ਜਿਹੜਾ ਸਵਾਲ ਉਹਨਾਂ ਸਿੱਖਾਂ ਦਾ ਉਹੀ ਸਾਡਾ ਸਵਾਲ ਹੈ। ਸਤਿਸੰਗ ਜੀ ਦੇਖੋ, ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਨਾ, ਇਹ ਹਰ ਸਮੇਂ ਵਾਸਤੇ ਹੈ। ਇਹ ਨਹੀਂ ਕਹਿ ਸਕਦੇ ਕਿ ਪੁਰਾਣਾ ਹੋ ਗਿਆ ਉਦੋਂ ਵਾਸਤੇ ਸੀ, ਅੱਜ ਵਾਸਤੇ ਨਹੀਂ। ਜੇ ਉਹਨਾਂ ਸਿੱਖਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸਾਡਾ ਮਨ ਨਹੀਂ ਟਿਕਦਾ, ਆਪਾਂ ਕਿਹੜਾ ਕੋਈ, ਆਪਾਂ ਵੀ ਵਾਰ ਵਾਰ ਇਹੋ ਹੀ ਬੇਨਤੀ ਕਰੀ ਦੀ ਹੈ, ਸੰਗਤ ਵਿੱਚ ਵੀ ਬਾਣੀ ਪੜ੍ਹੀ ਦੀ ਹੈ, ਜੀ ਸਾਡਾ ਮਨ ਵੀ ਨਹੀਂ ਟਿਕਦਾ, ਮਨ ਨਹੀਂ ਜੁੜਦਾ, ਮਨ ਨਹੀਂ ਲੱਗਦਾ ਬਾਣੀ ਵਿੱਚ, ਰਸ ਨਹੀਂ ਆਉਂਦਾ, ਆਨੰਦ ਨਹੀਂ ਆਉਂਦਾ, ਮਨ ਇੱਕ ਪਲ ਲਈ ਵੀ ਨਹੀਂ ਟਿਕਦਾ, ਸੰਗਤ ਵਿੱਚ ਵੀ ਨਹੀਂ ਟਿਕਦਾ, ਕੀਰਤਨ ਕਥਾ ਸੁਣਨ ਵੇਲੇ ਵੀ ਨਹੀਂ ਕਈ ਵਾਰੀ ਟਿਕਦਾ। ਇਸ ਕਰਕੇ ਉਹੀ ਸਵਾਲ ਇਹਨਾਂ ਸਿੱਖਾਂ ਨੇ ਕੀਤਾ ਜਿਹੜਾ ਸਾਡਾ ਸਵਾਲ ਹੈ। ਇਸ ਕਰਕੇ ਕਹਿਣ ਲੱਗੇ ਮਹਾਰਾਜ, ਮਨ ਨੂੰ ਇਕਾਗਰਤਾ ਨਹੀਂ ਮਿਲਦੀ, ਮਨ ਟਿਕਦਾ ਨਹੀਂ ਭਜਨ ਵਿੱਚ, ਕਦੇ ਵਾਸਤੇ ਵੀ ਭਟਕਦਾ ਹੀ ਰਹਿੰਦਾ ਹੈ। ਸੁਣ ਸਤਿਗੁਰ ਕਹਿ ਉੱਤਰ ਤਿੰਨ ਕੋ। ਮਹਾਰਾਜ ਜੀ ਨੇ ਸੁਣ ਕੇ ਇਹਨਾਂ ਨੂੰ ਉੱਤਰ ਦਿੱਤਾ, ਜੋ ਇਹਨਾਂ ਨੇ ਸਵਾਲ ਕੀਤਾ ਉਸ ਦਾ ਉੱਤਰ ਦਿੱਤਾ ਸਤਿਗੁਰੂ ਜੀ। ਕਹਿਣ ਲੱਗੇ ਇਹਨਾਂ ਨੂੰ, ਪ੍ਰਥਮ ਨਾ ਲਖੋ ਸੁਭਾਵ ਜੇ ਮਨ ਕੋ। ਮਹਾਰਾਜ ਕਹਿੰਦੇ ਭਾਈ, ਜਦੋਂ ਤੁਸੀਂ ਭਜਨ ਕਰਨ ਲੱਗੇ ਸੀ ਨਾ, ਉਦੋਂ ਤਾਂ ਤੁਹਾਨੂੰ ਮਨ ਦੇ ਸੁਭਾਅ ਦਾ ਹੀ ਨਹੀਂ ਪਤਾ ਸੀ ਵੀ ਮਨ ਦਾ ਸੁਭਾਅ ਕੀ ਹੈ, ਮਨ ਦੀਆਂ ਹਾਲਤਾਂ ਕੀ ਹੈ, ਮਨ ਦੀਆਂ ਆਦਤਾਂ ਕੀ ਹਨ, ਮਨ ਕਿਹੋ ਜਿਹਾ ਹੈ, ਇਹੀ ਨਹੀਂ ਤੁਹਾਨੂੰ ਪਤਾ। ਬਹੁਤਿਆਂ ਨੂੰ ਤਾਂ ਇਸ ਗੱਲ ਦਾ ਹੀ ਨਹੀਂ ਪਤਾ ਹੁੰਦਾ ਕਿ ਮਨ ਟਿਕਦਾ ਵੀ ਹੁੰਦਾ, ਕਿ ਮਨ ਹੈ ਵੀ ਹੈ ਕੋਈ ਵਸਤੂ। ਉਹੀ ਸਵਾਲ ਇਹਨਾਂ ਨੇ ਜੋ ਕੀਤਾ, ਮਹਾਰਾਜ ਕਹਿੰਦੇ ਪਹਿਲਾਂ ਤਾਂ ਤੁਹਾਨੂੰ ਇਹੀ ਨਹੀਂ ਪਤਾ ਸੀ, ਲਖੋ ਨਾਮ ਹੁੰਦਾ ਜਾਣਨ ਦਾ, ਇਹ ਜਾਣਦੇ ਨਹੀਂ ਸੀ ਤੁਸੀਂ ਕਿ ਮਨ ਦਾ ਸੁਭਾਅ ਕੀ ਹੈ। ਲੱਗੇ ਪਛਾਨਣ ਅਵਗਤ ਅੰਤਰ। ਪਰ ਜਿਉਂ ਜਿਉਂ ਭਜਨ ਕਰਨ ਲੱਗ ਪਏ ਨਾ, ਹੁਣ ਮਨ ਦੀ ਹਾਲਤ ਜਿਹੜੀ ਆ ਉਸ ਨੂੰ ਸਮਝਣ ਲੱਗ ਪਏ ਕਿ ਮਨ ਦੀ ਹਾਲਤ ਕੀ ਹੈ।
ਮਨ ਜਿਹੜਾ ਅੰਦਰ ਹੈ, ਇਸ ਦਿਲ ਦੀ, ਇਸ ਮਨ ਦੀ ਹਾਲਤ ਕੀ ਹੈ? ਤੁਹਾਨੂੰ ਇਸ ਦੀ ਗਤੀ ਦਾ, ਇਹਦੀ ਚਾਲ ਦਾ, ਇਹ ਕਿੱਧਰ ਨੂੰ ਜਾਂਦਾ, ਕਿੱਥੇ ਕਿੱਥੇ ਦੌੜਦਾ, ਕਿੱਥੇ ਜਾ ਕੇ ਮਨ ਜਾ ਕੇ ਲੱਗ ਜਾਂਦਾ ਆਪਣੇ ਫੁਰਨਿਆਂ ਨਾਲ, ਤੁਹਾਨੂੰ ਇਸ ਗੱਲ ਦੀ ਸੋਝੀ ਪੈ ਗਈ, ਸਮਝ ਆ ਗਈ ਹੈ, ਪਤਾ ਲੱਗ ਗਿਆ ਕਿ ਮਨ ਦੌੜਦਾ ਵੀ ਹੈ, ਮਨ ਭਟਕਦਾ ਵੀ ਹੈ, ਮਨ ਕਿਤੇ ਦੂਰ ਜਾਂਦਾ ਵੀ ਹੈ, ਇਸ ਗੱਲ ਦੀ ਤੁਹਾਨੂੰ ਸੋਝੀ ਆ ਗਈ ਹੈ, ਪਤਾ ਲੱਗ ਗਿਆ ਹੈ। ਇਸੀ ਯਤਨ ਮਹਿ ਰਹੋ ਨਿਰੰਤਰ। ਮਹਾਰਾਜ ਕਹਿੰਦੇ ਇਹੀ ਯਤਨ ਵਿੱਚ ਇੱਕ ਰਸ ਲੱਗੇ ਰਹਿਣਾ, ਇਹ ਵੇਖਣਾ ਹੈ, ਇਸ ਤਰਫ ਧਿਆਨ ਦੇਣਾ ਹੈ ਹਮੇਸ਼ਾ ਵਾਸਤੇ। ਇੱਕ ਸਹਿ ਮਨ ਪੁੰਨ ਜੋ ਰਹੋ ਆਨ। ਇਹਨੂੰ ਸਾਧ ਸੰਗਤ ਜੀ ਨਿਧਿਆਸਣ ਦੀ ਅਵਸਥਾ ਕਿਹਾ ਜਾਂਦਾ ਹੈ। ਪਹਿਲਾਂ ਸਰਵਣ ਹੁੰਦਾ, ਫਿਰ ਮੰਨਣ ਹੁੰਦਾ, ਫਿਰ ਨਿਧਿਆਸਣ। ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਪੂਰੀ ਪੂਰੀ ਇਕਾਗਰਤਾ ਦੇ ਨਾਲ ਬਾਣੀ ਦਾ ਕੀਰਤਨ, ਗੁਰ ਇਤਿਹਾਸ, ਗੁਰਬਾਣੀ ਦੀ ਕਥਾ ਸੁਣਨੀ। ਪਹਿਲਾਂ ਸੁਣਨਾ ਜ਼ਰੂਰੀ ਹੈ। ਬਹੁਤਿਆਂ ਨੂੰ ਸੁਣਨਾ ਵੀ ਨਹੀਂ ਆਉਂਦਾ। ਬਹੁਤੀ ਸੰਗਤ ਵਿੱਚੋਂ ਤੁਸੀਂ ਬਾਹਰ ਜਾ ਕੇ ਪੁੱਛ ਲਓ ਕਿ ਅੱਜ ਗੁਰਬਾਣੀ ਦੀ ਕਥਾ ਕਿਹੜੇ ਕਿਹੜੇ ਸ਼ਬਦ ਦੇ, ਕਿਹੜੇ ਕਿਹੜੇ ਪਦ ਦੇ ਅਰਥ ਕੀ ਸੁਣੇ ਹਨ, ਬਹੁਤੇ ਦੱਸ ਨਹੀਂ ਸਕਦੇ। ਕੀ ਸਾਖੀ ਸੁਣੀ ਹੈ, ਕੀ ਪ੍ਰਮਾਣ ਸੁਣਿਆ, ਕੀ ਦ੍ਰਿਸ਼ਟਾਂਤ ਸੁਣਾਇਆ ਗਿਆ ਹੈ, ਤਾਂ ਹਾਸ ਰਾਸ ਦਾ ਬਚਨ। ਪਰ ਤੁਹਾਨੂੰ ਇੱਕ ਉਦਾਹਰਣ ਛੋਟੀ ਜਿਹੀ ਦੰਨਾ, ਸਰੀ ਦੀ ਗੱਲ ਹੈ, ਕਨੇਡਾ ਦੀ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਕਥਾ ਕਰਨ ਵਾਸਤੇ ਗਏ, ਇਹ ਸੱਚਾ ਬਚਨ ਹੈ। ਉੱਥੇ ਗੁਰਦੁਆਰਾ ਸਾਹਿਬ ਬੜਾ ਪ੍ਰਸਿੱਧ ਹੈ, ਉਸ ਗੁਰੂ ਘਰ ਦੇ ਵਿੱਚ ਜਦੋਂ ਕਥਾ ਕਰਨ ਗਏ, ਬਹੁਤ ਸੰਗਤ ਆਈ। ਮਸਕੀਨ ਜੀ ਦਾ ਬੜਾ ਨਾਮ ਸੀ, ਸਨਮਾਨ ਵੀ ਸੀ, ਬੜੇ ਉੱਚ ਕੋਟੀ ਦੇ ਵਕਤੇ ਵੀ ਸਨ। ਜਦੋਂ ਆਏ, ਖਚਾ ਖਚ ਦੀਵਾਨ ਹਾਲ ਅੰਦਰ ਤੋਂ ਲੈ ਕੇ ਬਾਹਰ ਤੱਕ ਭਰਿਆ ਹੋਇਆ। ਡੇਢ ਘੰਟਾ ਉਹਨਾਂ ਨੇ ਗੁਰਬਾਣੀ ਦੀ ਕਥਾ ਕੀਤੀ, ਡੇਢ ਘੰਟਾ। ਇੱਕ ਮਾਤਾ ਨੇ ਮੈਨੂੰ ਬਚਨ ਸੁਣਾਇਆ, ਸਰੀ ਦੀ ਨੇ, ਉਦੋਂ ਦਾਸ ਉੱਥੇ ਸੀ। ਕਹਿੰਦੇ ਮਸਕੀਨ ਜੀ ਕਥਾ ਕਰਕੇ ਚਲੇ ਗਏ, ਮਗਰ ਉਹ ਢਾਡੀ ਲੱਗ ਗਏ। ਮਾਤਾ ਪੁੱਛਦੀ ਹੈ ਨਾਲ ਦੀ ਮਾਤਾ ਨੂੰ, ਕਹਿਣ ਲੱਗੀ, ਭਾਈ ਉਹ ਜਿਹੜਾ ਸੰਤ ਸਿੰਘ ਗਿਆਨੀ ਮਸਕੀਨ ਆ, ਉਹ ਆਇਆ ਨਹੀਂ ਅਜੇ, ਡੇਢ ਘੰਟਾ ਕਥਾ ਵੀ ਸੁਣਾ ਕੇ ਗਿਆਨੀ ਜੀ ਚਲੇ ਵੀ ਗਏ। ਤੇ ਉਹ ਪੁੱਛਦੀ ਹੈ ਵੀ ਗਿਆਨੀ ਸੰਤ ਸਿੰਘ ਆਇਆ ਹੀ ਨਹੀਂ ਅਜੇ, ਕਦੋਂ ਕੋਨੇ ਆਉਣਾ? ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਉਹਦਾ ਮਨ ਦਾ ਧਿਆਨ ਨਹੀਂ ਸੀ, ਉਹਦੀ ਇਕਾਗਰਤਾ ਨਹੀਂ ਸੀ, ਉਹਦਾ ਮਨ ਹੋਰ ਬੰਨੇ ਹੀ ਦੌੜਿਆ ਫਿਰਦਾ ਸੀ। ਇਸ ਕਰਕੇ ਪਹਿਲਾਂ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਉਪਦੇਸ਼ ਸੁਣਨਾ, ਸੁਣਨ ਵਾਸਤੇ ਬਹੁਤ ਸਾਧ ਸੰਗਤ ਜੀ ਸੂਖਮ ਬਿਰਤੀ ਹੋਣੀ ਚਾਹੀਦੀ ਹੈ। ਸਰੋਤਾ ਐਵੇਂ ਨਹੀਂ, ਸਰੋਤੇ ਦੀ ਬਹੁਤ ਵੱਡੀ ਅਵਸਥਾ ਹੈ। 14 ਗੁਣ ਸਰੋਤੇ ਦੇ ਹੈ, 14 ਹੀ ਗੁਣ ਬਖਤੇ ਦੇ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਜ਼ਿਕਰ ਕੀਤਾ ਗੁਰ ਇਤਿਹਾਸ ਵਿੱਚ। ਇਸ ਕਰਕੇ ਸਰੋਤਾ ਬਣ ਕੇ ਸੁਣਨਾ, ਇਹ ਕਿਸੇ ਵਿਰਲੇ ਦੇ ਹਿੱਸੇ ਆਉਂਦਾ। ਸਤਿਗੁਰੂ ਜੀ ਨੇ ਸਰੋਤੇ ਨੂੰ ਇੰਨਾ ਵੱਡਾ ਮਾਣ ਦਿੱਤਾ ਗੁਰਬਾਣੀ ਵਿੱਚ, ਕਹਿਤੇ ਪਵਿੱਤਰ ਸੁਣਤੇ ਪੁਨੀਤ। ਕਹਿਣ ਵਾਲਾ ਤਾਂ ਪਵਿੱਤਰ ਹੀ ਹੈ, ਇਕੱਲਾ ਸੁਣਨ ਵਾਲਾ ਕਹਿਣ ਵਾਲੇ ਨਾਲੋਂ ਹਜ਼ਾਰਾਂ ਗੁਣਾ ਵੱਧ ਪਵਿੱਤਰ ਹੈ ਜਿਹੜਾ ਸੁਣਦਾ ਸਾਧ ਸੰਗਤ ਜੀ।
ਇਸ ਕਰਕੇ ਸੁਣਨ ਵਾਲੇ ਕਹਿਣ ਵਾਲਿਆਂ ਨਾਲੋਂ ਵੱਡੇ ਵਿਦਵਾਨ ਬਣ ਜਾਂਦੇ, ਉਹਨਾਂ ਨੂੰ ਸੋਝੀ ਹੁੰਦੀ ਹੈ ਸੂਖਮ। ਇਸ ਕਰਕੇ ਪਹਿਲਾਂ ਸੁਣਨਾ, ਫਿਰ ਗੁਰੂ ਦਾ ਉਪਦੇਸ਼ ਮੰਨਣਾ, ਕਿਹੜਾ ਮੰਨਣ ਯੋਗ ਹੈ ਮੰਨ ਕੇ, ਕਿਹੜੀਆਂ ਗੱਲਾਂ ਗੁਰੂ ਸਾਹਿਬ ਨੇ ਤਿਆਗਣ ਯੋਗ ਕਹੀਆਂ ਉਹਨਾਂ ਦਾ ਤਿਆਗ ਕਰ ਦੇਣਾ, ਫਿਰ ਨਿਧਿਆਸਣ ਕਮਾਈ ਕਰਨੀ, ਅਭਿਆਸ ਕਰਨਾ ਬਾਰ ਬਾਰ। ਉਹ ਨਿਧਿਆਸਣ ਕੀ ਹੈ ਕਿ ਮਨ ਦਾ ਜਿਹੜਾ ਬਾਰ ਬਾਰ ਬਾਹਰ ਜਾਣਾ ਨਾ, ਮਨ ਦਾ ਬਾਹਰ ਨਿਕਲਣਾ, ਉਹਨੂੰ ਦੁਬਾਰਾ ਮੋੜ ਮੋੜ ਕੇ ਲਿਆ ਲਿਆ ਕੇ ਗੁਰੂ ਕੇ ਸ਼ਬਦ ਵਿੱਚ ਜੋੜਨਾ, ਬਾਣੀ ਵਿੱਚ ਜੋੜਨਾ, ਸਿਮਰਨ ਦੇ ਵਿੱਚ ਮਨ ਨੂੰ ਲਾਉਣਾ ਦੁਬਾਰਾ ਦੁਬਾਰਾ, ਕਿ ਮਨ ਵਿੱਚ ਐਨ ਸਿਮਰਨ ਵੱਸ ਜਾਏ। ਜਿਵੇਂ ਹਰਿਆ ਪਸ਼ੂ ਜੀ ਨੂੰ ਸਾਧ ਸੰਗਤ ਜੀ ਹਰੀ ਭਰੀ ਖੇਤੀ ਖਾਣ ਦਾ ਸੁਭਾਅ ਪੈ ਜਾਏ, ਉਹ ਫਿਰ ਸਾਰਿਆਂ ਦੇ ਜਿੱਥੇ ਜਿੱਥੇ ਹਰਿਆਵਲਤਾ ਹਰੀ ਭਰੀ ਫਸਲ ਦੇਖਦਾ ਉੱਧਰ ਨੂੰ ਜਾ ਕੇ ਉਹਨਾਂ ਖੇਤਾਂ ਦੇ ਵਿੱਚ ਫਸਲ ਖਾਂਦਾ। ਸਿਆਣੇ ਪੁਰਸ਼ ਫਿਰ ਉਹਦੇ ਲਈ ਯਤਨ ਕਰਦੇ, ਉਹਦੇ ਗਲ ਦੇ ਵਿੱਚ ਸਾਧ ਸੰਗਤ ਜੀ ਰੱਸਾ ਪਾ ਕੇ ਇੱਕ ਲੱਕੜ ਦਾ ਕਿੱਲਾ ਬੰਨ ਦਿੰਦੇ ਹੈ ਕਿ ਤੇਜ਼ ਨਾ ਦੌੜ ਸਕੇ। ਜਦੋਂ ਉਹ ਕਿੱਲਾ ਦੌੜੇਗਾ ਤਾਂ ਉਹਦੇ ਗੋਡਿਆਂ 'ਤੇ ਲੱਗੇਗਾ, ਸੱਟ ਲੱਗੇਗੀ, ਹੌਲੀ ਜਾਏਗਾ, ਇੰਨੇ ਨੂੰ ਅਸੀਂ ਉਹਨੂੰ ਕਾਬੂ ਕਰ ਲਾਂਗੇ। ਹਰਿਆ ਪਸ਼ੂ ਨੂੰ ਰੋਕਣ ਦਾ ਇਹ ਤਰੀਕਾ ਹੁੰਦਾ। ਇਸੇ ਤਰ੍ਹਾਂ ਮਨ ਦੀ ਹਾਲਤ ਵੀ ਹਰਿਆ ਪਸ਼ੂ ਵਰਗੀ ਹੈ, ਇਹ ਬਾਹਰ ਨੂੰ ਦੌੜਦਾ ਬਾਰ ਬਾਰ, ਇਹਨੂੰ ਫਿਰ ਮੋੜ ਮੋੜ ਕੇ ਲਿਆਉਣਾ, ਗੁਰਸ਼ਬਦ ਦਾ ਬਾਣੀ ਦਾ ਕਿੱਲਾ ਇਹਦੇ ਗਲ ਵਿੱਚ ਪਾਉਣਾ, ਇਹਨੂੰ ਮੋੜ ਮੋੜ ਕੇ ਬਾਣੀ ਵਿੱਚ, ਮੋੜ ਮੋੜ ਕੇ ਨਾਮ ਵਿੱਚ, ਮੋੜ ਮੋੜ ਕੇ ਸਿਮਰਨ ਵਿੱਚ ਲਾਉਣਾ। ਇੱਥੇ ਵੀ ਮਹਾਰਾਜ ਇਹੀ ਕਹਿੰਦੇ, ਨਿਕਸੈ ਮਨ ਪੁਨ ਜੋਰੋ ਆਣ, ਜਦੋਂ ਮਨ ਨਿਕਲ ਜਾਏ। ਕਈ ਵਾਰੀ ਜਪਜੀ ਸਾਹਿਬ ਦਾ ਪਾਠ ਕਰੋ, ਸਾਧ ਸੰਗਤ ਜੀ ਜਾਂ ਆਰੰਭ ਦਾ ਪਤਾ ਹੁੰਦਾ ਜਾਂ ਸਮਾਪਤੀ ਦਾ ਵਿਚਾਲੇ ਵਿਚਾਲੇ ਮਨ ਨੂੰ ਪਤਾ ਹੀ ਨਹੀਂ ਹੁੰਦਾ ਵੀ ਜਪਜੀ ਸਾਹਿਬ ਦਾ ਪਾਠ ਕਦੋਂ ਹੋ ਗਿਆ। ਪੰਜ ਬਾਣੀਆਂ ਦਾ ਵੀ ਇਵੇਂ ਹੀ ਹੈ। ਕਈ ਵਾਰੀ ਸਾਰਾ ਸਾਰਾ ਟਾਈਮ ਜੇ ਮਨ ਨਾਲ ਜੋੜਿਆ ਹੋਵੇ ਪਤਾ ਹੀ ਨਹੀਂ ਲੱਗਦਾ ਵੀ ਨਿਤਨੇਮ ਕੀਤਾ ਜਾਂ ਨਹੀਂ ਕੀਤਾ। ਅਸਲ ਤਾਂ ਨਿਤਨੇਮ ਮਨ ਨੂੰ ਵੀ ਸੁਣਾਉਣਾ ਕਿ ਮਨ ਵੀ ਸੁਣੇ, ਮਨ ਵੀ ਤੁਹਾਡੇ ਨਾਲ ਬਾਣੀ ਪੜ੍ਹਨ ਲੱਗ ਜਾਏ, ਮਨ ਵੀ ਸਿਮਰਨ ਕਰਨ ਲੱਗ ਜਾਏ, ਮਨ ਵੀ ਜੁੜ ਜਾਏ ਸਿਮਰਨ ਵਿੱਚ, ਨਾਮ ਵਿੱਚ, ਬਾਣੀ ਵਿੱਚ। ਇਸ ਕਰਕੇ ਇਹਨੂੰ ਜੋੜਨਾ, ਇਹਨੂੰ ਲਿਆਉਣਾ ਬਾਰ ਬਾਰ, ਮਨ ਨੂੰ ਹੀ ਸੁਧਾਰਨਾ, ਮਨ ਨੂੰ ਹੀ ਬਾਣੀ ਵਿੱਚ ਜੋੜਨਾ ਹਮੇਸ਼ਾ ਵਾਸਤੇ। ਮਹਾਰਾਜ ਕਹਿੰਦੇ ਭਾਈ ਮਨ ਨਿਕਲਦਾ ਜਦੋਂ ਬਾਹਰ ਜਾਂਦਾ, ਇਹਨੂੰ ਦੁਬਾਰਾ ਲਿਆ ਕੇ ਫਿਰ ਜੋੜੋ। ਪੁਨ ਪੁਨ ਰੁਕ ਬਨ ਸਾਵਧਾਨ, ਸਾਵਧਾਨ ਹੋ ਕੇ ਇਹਨੂੰ ਬਾਰ ਬਾਰ ਪੁਨਾ ਪੁਨਾ ਫੇਰ ਫੇਰ ਮੁੜ ਮੁੜ ਕੇ ਰੋਕਣਾ। ਸਾਧ ਸੰਗਤ ਜੀ ਜਿਹੜੇ ਅਭਿਆਸੀ ਪੁਰਸ਼ ਹੈ ਉਹ ਕਹਿੰਦੇ ਹੈ ਬਈ ਢਾਈ ਮਿੰਟ ਜੇ ਮਨ ਤੁਹਾਡਾ ਬਾਣੀ ਵਿੱਚ ਜੁੜ ਜਾਏ ਨਾ ਇਕਾਗਰ ਹੋ ਕੇ, ਤਾਂ ਉਹ ਇੱਕ ਧਾਰਨਾ ਬਣ ਜਾਂਦੀ ਹੈ, ਇੱਕ ਧਾਰਨਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ 30 ਮਿੰਟ ਮਨ ਸਿਮਰਨ ਵਿੱਚੋਂ ਪਰੇ ਨਾ ਜਾਵੇ, ਐਨ ਜੁੜਿਆ ਰਹੇ, ਤਾਂ ਉਹ ਇੱਕ ਸਮਾਧੀ ਬਣ ਜਾਂਦੀ ਹੈ। ਸਮਾਧੀ ਵਿੱਚ ਜੁੜਿਆ ਹੋਇਆ ਜਿਹੜਾ ਮਨ ਹੈ ਨਾ, ਫਿਰ ਉਹ ਸ਼ਕਤੀ ਨੂੰ ਪ੍ਰਾਪਤ ਕਰ ਲੈਂਦਾ। ਇਹ ਮਨ ਸ਼ਕਤੀ, ਇਹ ਮਨ ਸੀਓ,
ਇਹ ਮਨ ਪੰਜ ਤੱਤ ਕਉ ਜੀਓ, ਇਹ ਮਨ ਲੈ ਜਾ ਉਨ ਮਨ ਰਹਿ ਤੋ ਤੀਨ ਲੋਕ ਕੀ ਬਾਤੈ ਕਹਿ। ਤਿੰਨਾਂ ਲੋਕਾਂ ਦੀ ਨੂੰ ਸੋਝੀ ਹੋ ਆਉਂਦੀ ਹੈ, ਇੰਨੀ ਸਮਾਧੀ ਵਿੱਚ ਜਾਣ ਦੀ ਸ਼ਕਤੀ ਇਹ ਮਨ ਹਾਸਲ ਕਰ ਲੈਂਦਾ, ਇੰਨੀਆਂ ਬਰਕਤਾਂ ਇਹਨੂੰ ਪ੍ਰਾਪਤ ਹੋ ਜਾਂਦੀਆਂ। 30 ਮਿੰਟ ਦੀ ਉਹ ਇੱਕ ਇੱਕ ਸਮਾਧੀ ਤੋਂ ਅੱਗੇ ਵਧਾਉਂਦੇ ਵਧਾਉਂਦੇ, ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਜਦੋਂ ਸਮਾਧੀ ਵਿੱਚ ਬੈਠ ਜਾਂਦੇ ਸਾਧ ਸੰਗਤ ਜੀ, ਕਈ ਕਈ ਮਹੀਨੇ ਉਹਨਾਂ ਦੀ ਸਮਾਧੀ ਨਹੀਂ ਖੁੱਲ੍ਹਦੀ ਸੀ, ਸਿਮਰਨ ਵਿੱਚ ਮਨ ਜੁੜ ਜਾਂਦਾ ਸੀ। ਸੋ ਇਸ ਕਰਕੇ ਸਾਧਨ ਕਰਦਿਆਂ ਕਰਦਿਆਂ ਜੇ ਕਮਾਈ ਕਰੋਗੇ, ਅਭਿਆਸ ਕਰੋਗੇ ਤਾਂ ਹੀ ਮਨ ਲੱਗੇਗਾ, ਜੇ ਕਰੋਗੇ ਨਹੀਂ ਤਾਂ ਲੱਗਣਾ ਕਿੱਥੋਂ ਹੈ ਇਸ ਨੇ। ਇਸ ਕਰਕੇ ਮਨ ਫਿਰ ਸਮਾਧੀ ਵਿੱਚ ਜਾ ਕੇ ਨਿਰਵਿਕਲਪ, ਸਮਾਧੀ ਵੀ ਦੋ ਤਰ੍ਹਾਂ ਦੀ ਹੈ, ਇੱਕ ਸਾਵਕਲਪ ਹੈ ਇੱਕ ਨਿਰਵਿਕਲਪ ਹੈ। ਸਾਵਕਲਪ ਸਮਾਧੀ ਹੁੰਦੀ ਹੈ ਸੰਕਲਪ ਦੇ ਸਹਿਤ, ਵੀ ਇੰਨਾ ਸਮਾਂ ਮੈਂ ਚੌਂਕੜਾ ਮਾਰ ਕੇ ਮੂਲ ਮੰਤਰ ਦਾ ਜਾਂ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ, ਉਹਨਾਂ ਚ ਰਹਿਣ ਜੁੜਿਆ ਰਹੇਗਾ। ਅੱਗੇ ਅੱਗੇ ਜਿਵੇਂ ਜਿਵੇਂ ਸਾਧਨਾ ਬਣੀ ਜਾਂਦੀ ਹੈ, ਫਿਰ ਜਦੋਂ ਉਹ ਸਮਾਂ ਪੂਰਾ ਹੋ ਜਾਂਦਾ ਫਿਰ ਆਪਣੇ ਆਪ ਸਮਾਧੀ ਖੁੱਲ੍ਹ ਜਾਂਦੀ ਹੈ। ਨਿਰਵਿਕਲਪ ਸਮਾਧੀ ਜਿਹੜੀ ਹੁੰਦੀ ਹੈ, ਕੋਈ ਸੰਕਲਪ ਨਹੀਂ ਉੱਠਣਾ ਅੰਦਰ, ਕੋਈ ਫੁਰਨਾ ਨਹੀਂ ਉੱਠਣਾ। ਸੰਕਲਪ ਹੁੰਦਾ ਕੋਈ ਫੁਰਨੇ, ਕੋਈ ਨਾ ਕੋਈ ਸ਼ੁਭ ਸੰਕਲਪ ਜਾਂ ਕੋਈ ਫੁਰਨੇ ਦੇ ਸਹਿਤ, ਸੰਕਲਪ ਦੇ ਸਹਿਤ ਸਾਧਨਾ ਕੀਤੀ ਗਈ। ਨਿਰਵਿਕਲਪ ਜਦੋਂ ਮਨ ਐਨ ਫੁਰਨਿਆਂ ਤੋਂ ਰਹਿਤ ਹੋ ਜਾਏ, ਅਫੁਰ ਅਵਸਥਾ ਵਿੱਚ ਚਲਿਆ ਜਾਏ, ਪਹਿਲਾਂ ਸਾਵਕਲਪ ਹੀ ਆਊ, ਫਿਰ ਨਿਰਵਿਕਲਪ ਹੋ, ਫਿਰ ਨਿਰਵਿਕਲਪ ਤੋਂ ਅੱਗੇ ਜਾ ਕੇ ਤਤ ਸਰੂਪ ਦੇ ਵਿੱਚ ਲਿਵਲੀਨ ਹੋ ਜਾਂਦਾ ਸਾਧਕ ਜਿਹੜਾ ਹੈ। ਇਹ ਤਾਂ ਵੱਡੀਆਂ ਅਵਸਥਾਵਾਂ ਹਨ, ਵੱਡਿਆਂ ਦੀਆਂ ਹੀ ਖੇਡਾਂ ਹਨ। ਸਾਧ ਸੰਗਤ ਜੀ, ਆਪਾਂ ਤਾਂ ਇਹੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜਿੰਨਾ ਚਿਰ ਨਿਤਨੇਮ ਕਰੀਏ, ਜਾਪ ਕਰੀਏ, ਸਿਮਰਨ ਕਰੀਏ ਜਾਂ ਸੰਗਤ ਵਿੱਚ ਬੈਠੀਏ, ਮਨ ਤੁਹਾਡੀ ਬਾਣੀ ਵਿੱਚ ਜੁੜਿਆ ਰਹੇ, ਮਨ ਵਿੱਚ ਬਾਣੀ ਦਾ ਨਾਮ ਦਾ ਸਿਮਰਨ ਦਾ ਰਸ ਪੈਦਾ ਹੋ ਜਾਏ। ਇਹ ਕਿਰਪਾ ਕਰੋ ਮਹਾਰਾਜ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ ਵੱਡੇ ਵੱਡੇ ਮਹਾਂਪੁਰਖ ਗੁਰਸਿੱਖ ਸਮਾਧੀਆਂ ਵਾਲੇ ਵੀ ਹੋਏ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਕਮਾਈਆਂ ਕੀਤੀਆਂ। ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਜਦੋਂ ਬੈਠਦੇ, 6-6 ਮਹੀਨੇ ਨਹੀਂ ਉਹਨਾਂ ਦੀ ਸਮਾਧੀ ਖੁੱਲ੍ਹਿਆ ਕਰਦੀ ਸੀ, ਸਾਲਾਂ ਬੱਧੀ ਵੀ ਸਮਾਧੀ ਨਹੀਂ ਖੁੱਲ੍ਹਦੀ ਸੀ। ਸੋ ਸਾਧ ਸਿੰਘ ਜੀ ਐਸੀ ਉਹਨਾਂ ਦੀ ਘਾਲਣਾ, ਇਸ ਕਰਕੇ ਇਹ ਸਮਾਧੀ ਦੀ ਅਵਸਥਾ ਸਾਧ ਸੰਗਤ ਦੀ ਇਹ ਸਮਾਧੀ ਦੀ ਜਿਹੜੀ ਅਵਸਥਾ ਇਹ ਵੱਡਿਆਂ ਵਾਹਿਗੁਰੂ। ਸੋ ਬਹੁਤ ਕਿਰਪਾ ਹੋਈ। ਦੇਖੋ ਹੁਣ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਓ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਗਏ, ਖਡੂਰ ਸਾਹਿਬ ਮਹਾਰਾਜ ਆ ਗਏ, ਮਾਤਾ ਸੁਭਰਾਈ ਜੀ ਨੂੰ ਬਚਨ ਕੀਤਾ, ਕਹਿਣ ਲੱਗੇ
ਇਹ ਕੋਠੜੀ ਦਾ ਦਰਵਾਜ਼ਾ ਬੰਦ ਕੇ ਬੰਦ ਕਰਕੇ ਚੰਗੀ ਤਰ੍ਹਾਂ ਲਿਪ ਦਿਓ ਇਸ ਨੂੰ। ਲਗਾਤਾਰ 6 ਮਹੀਨੇ ਮਹਾਰਾਜ ਸਮਾਧੀ ਵਿੱਚ ਸਥਿਤ ਰਹੇ, ਨਾ ਕੋਈ ਅੰਨ ਨਾ ਕੋਈ ਜਲ, 6 ਮਹੀਨੇ ਲਗਾਤਾਰ। ਫਿਰ ਸੰਗਤਾਂ ਨੇ ਬੇਨਤੀ ਕੀਤੀ, ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੇ ਅੱਗੇ ਲਾ ਕੇ ਫਿਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਮਾਧੀ ਤੋਂ ਬੇਨਤੀਆਂ ਕਰਕੇ ਦਰ ਖੋਲ੍ਹ ਕੇ ਆਪ ਉਠਾਇਆ। ਪਹਿਲਾ ਉਹ ਸ਼ਬਦ ਸੀ ਨਾ ਜਦੋਂ ਮਹਾਰਾਜ ਸਮਾਧੀ ਤੋਂ ਉੱਠੇ, ਜਿਸ ਪਿਆਰੇ ਸੁਨੇਹੋ ਤੇ ਸਾਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਐਸੀ ਵੈਰਾਗਮਈ ਅਵਸਥਾ ਮਹਾਰਾਜ ਸਾਹਿਬ ਦੀ। ਸੋ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਸੰਤੋਖਸਰ ਸਾਹਿਬ ਸਰੋਵਰ ਦੀ ਸੇਵਾ ਕਰਵਾਈ, ਜਦੋਂ ਸਰੋਵਰ ਦੀ ਖੁਦਾਈ ਕਰਨ ਲੱਗੇ, ਥੱਲਿਓਂ ਸਾਧ ਸੰਗਤ ਜੀ ਪੁੱਟਦਿਆਂ ਪੁੱਟਦਿਆਂ ਬੜਾ ਵੱਡਾ ਮੱਟ ਨਿਕਲਿਆ। ਜਦੋਂ ਉੱਤੋਂ ਪੱਥਰ ਚੱਕ ਕੇ ਬਾਬਾ ਬੁੱਢਾ ਜੀ ਨੇ ਵੇਖਿਆ ਤਾਂ ਵਿੱਚ ਇੱਕ ਜੋਗੀ ਪਦਮ ਆਸਣ ਲਾ ਕੇ ਸਮਾਧੀ ਵਿੱਚ ਬੈਠਾ, ਸਰੀਰ ਜਿਹੜੀ ਹੈ ਚਮੜੀ ਔਰ ਹੱਡੀਆਂ ਪਿੰਜਰਾ ਬਣੇ ਹੋਏ ਹਨ, ਚਮੜੀ ਸੁੱਕੀ ਪਈ ਹੈ ਪਰ ਸਵਾਸਾਂ ਦੀ ਗਤੀ ਅੰਦਰ ਚੱਲ ਰਹੀ ਹੈ। ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਭਾਈ ਨੂੰ ਹੌਲੀ ਹੌਲੀ ਚੁੱਕ ਕੇ ਕੱਢ ਕੇ ਸਾਡੇ ਪਾਸ ਲਿਆਓ। ਸਤਿਗੁਰੂ ਜੀ ਨੇ ਜੁਗਤੀ ਦੱਸੀ ਕਿ ਇਹਦੇ ਪ੍ਰਾਣ ਜਿਹੜੇ ਹੈ ਦਸਮ ਦੁਆਰ ਵਿੱਚ ਟੁਕੇ ਹੋਏ, ਇਹਨੂੰ ਥੱਲੇ ਲਾਓ। ਜਿਵੇਂ ਸਤਿਗੁਰੂ ਜੀ ਨੇ ਜੁਗਤੀ ਦੱਸੀ ਉਵੇਂ ਗੁਰਸਿੱਖਾਂ ਨੇ ਕੀਤਾ। ਜਦੋਂ ਸਮਾਧੀ ਖੁੱਲ੍ਹੀ ਉਹ ਪੁੱਛਦਾ ਜੋਗੀ ਕਿ ਕਿਹੜੇ ਯੁੱਗ ਦਾ ਸਮਾਂ ਚੱਲ ਰਿਹਾ, ਸਿੱਖਾਂ ਨੇ ਦੱਸਿਆ ਕਲਯੁੱਗ ਦਾ ਯੁੱਗ ਹੈ। ਕਹਿਣ ਲੱਗਾ ਗੁਰੂ ਨਾਨਕ ਸਾਹਿਬ ਆ ਗਏ ਕਿ ਨਹੀਂ ਆਏ ਅਜੇ। ਸਿੱਖਾਂ ਨੇ ਦੱਸਿਆ ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ ਧੰਨ ਗੁਰੂ ਅਰਜਨ ਦੇਵ ਜੀ ਤੇਰੇ ਸਾਹਮਣੇ ਖੜ੍ਹੇ ਹੈ, ਨਮਸਕਾਰ ਕੀਤੀ। ਸਤਿਗੁਰੂ ਪੁੱਛਦੇ ਹੈ ਭਾਈ ਤੂੰ ਕਿਹੜੇ ਯੁੱਗ ਦਾ ਬੈਠਾ, ਜਾਣਦੇ ਤਾਂ ਸਤਿਗੁਰੂ ਸਭ ਕੁਝ ਸਨ ਪਰ ਸੰਗਤਾਂ ਨੂੰ ਸਮਝਾਉਣ ਵਾਸਤੇ ਪੁੱਛਦੇ ਆ ਵੀ ਤੂੰ ਕਿਹੜੇ ਯੁੱਗ ਦਾ। ਕਹਿਣ ਲੱਗਾ ਜੀ ਮੈਂ ਸੱਤ ਯੁੱਗ ਦਾ ਇੱਥੇ ਸਮਾਧੀ ਸਥਿਤ ਹੋ ਕੇ ਬੈਠਾ। ਕਿੱਡੀ ਵੱਡੀ ਲੰਮੀ ਸਮਾਧੀ, ਨਿਰਵਿਕਲਪ ਸਮਾਧੀ ਦੀ ਸਾਧਨਾ ਵੇਖੋ। ਸੱਤ ਯੁੱਗ ਗੁਜ਼ਰ ਗਿਆ, ਤ੍ਰੇਤਾ ਗੁਜ਼ਰ ਗਿਆ, ਦੁਆਪਰ ਗੁਜ਼ਰ ਗਿਆ, ਅੱਧਾ ਕਲਯੁੱਗ ਵੀ ਲੰਘ ਗਿਆ। ਮਹਾਂਪੁਰਸ਼ ਦੇ ਇੰਨੀ ਲੰਮੀ ਸਮਾਧੀ ਲਾਉਣ ਦੀ ਕੀ ਲੋੜ ਪੈ ਗਈ। ਕਹਿਣ ਲੱਗਾ ਸੱਚੇ ਪਾਤਸ਼ਾਹ ਜਿਹੜੇ ਮੇਰੇ ਗੁਰੂ ਸਨ ਉਹ ਬੜੇ ਕਰਨੀ ਵਾਲੇ ਜੋਗੀ ਰਾਜ ਸਨ, ਉਹਨਾਂ ਦੇ ਪਾਸ ਮੈਂ ਰਹਿ ਕੇ ਬੜਾ ਲੰਮਾ ਸਮਾਂ ਸੇਵਾ ਕੀਤੀ। ਜਦੋਂ ਪੰਜ ਭੌਤਿਕ ਸਰੀਰ ਤਿਆਗਣ ਲੱਗੇ ਮੇਰੀ ਸੇਵਾ ਤੇ ਖੁਸ਼ ਹੋ ਕੇ ਕਹਿਣ ਲੱਗੇ ਮੰਗ ਕੁਝ ਮੰਗਣਾ ਤਾਂ ਮੰਗ ਲੈ। ਕਹਿੰਦੇ ਮੈਂ ਆਖਿਆ ਜੀ ਮੈਨੂੰ ਮੁਕਤੀ ਦਾ ਦਾਨ ਦੇ ਦਿਓ, ਹੋਰ ਕੁਝ ਨਹੀਂ ਚਾਹੀਦਾ। ਕਹਿਣ ਲੱਗੇ ਭਾਈ ਮੁਕਤੀ ਦਾ ਦਾਨ ਤਾਂ ਸਾਡੇ ਕੋਲ ਵੀ ਨਹੀਂ ਹੈ, ਅਸੀਂ ਮੁਕਤੀ ਤੈਨੂੰ ਕਿਵੇਂ ਦੇਵਾਂਗੇ। ਕਹਿਣ ਲੱਗਾ ਜੀ ਮੇਰੀ ਤਾਂ ਇੱਛਾ ਹੀ ਮੁਕਤ ਹੋਣ ਦੀ ਹੈ, ਮੈਂ ਤਾਂ ਇਸੇ ਵਾਸਤੇ ਤੁਹਾਡੇ ਚਰਨਾਂ ਵਿੱਚ ਆਇਆ। ਦੇਖੋ ਮੁਕਤੀ ਮੰਗਣ ਵਾਲਾ ਤਾਂ ਕੋਈ ਵਿਰਲਾ ਹੀ ਹੁੰਦਾ ਲੱਖਾਂ ਚੋਂ ਇੱਕ। ਕਹਿੰਦਾ ਜੀ ਮੁਕਤੀ ਦਾ ਦਾਨ ਦਿਓ। ਕਹਿੰਦੇ ਹੇ ਸ਼ੇਸ਼, ਸ਼ੇਸ਼ ਨਾਮ ਹੁੰਦਾ ਸੇਵਕ ਦਾ। ਕਹਿਣ ਲੱਗੇ ਹੇ ਸ਼ੇਸ਼, ਮੈਂ ਆਪ ਤਾਂ ਮੁਕਤੀ ਪ੍ਰਾਪਤ ਕਰ ਲਈ ਹੈ ਪਰ ਤੈਨੂੰ ਮੁਕਤ ਕਰਨ ਦੀ ਸਮਰੱਥਾ ਨਹੀਂ,
ਤੈਨੂੰ ਮੈਂ ਮੁਕਤ ਨਹੀਂ ਕਰ ਸਕਦਾ, ਤੇਰੀ ਮੁਕਤੀ ਕਲਯੁਗ ਵਿੱਚ ਹੋਏਗੀ। ਕਹਿਣ ਲੱਗਾ ਜੀ ਕਿਵੇਂ? ਕਹਿਣ ਲੱਗੇ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਆਉਣਗੇ ਜਿਹੜੇ ਅਣਗਿਣਤ ਪ੍ਰਾਣੀਆਂ ਨੂੰ ਕਿਰਪਾ ਦੀ ਦ੍ਰਿਸ਼ਟੀ ਨਾਲ ਮੁਕਤ ਕਰਨਗੇ। ਅਣਗਿਣਤ ਪ੍ਰਾਣੀਆਂ, ਲੱਖਾਂ ਕਰੋੜਾਂ ਉਹਨਾਂ ਤੋਂ ਮੁਕਤ ਹੋਣਗੇ। ਉਹਨਾਂ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਆਉਣਗੇ ਮਾਤ ਲੋਕ ਦੇ ਉੱਤੇ। ਜਦੋਂ ਉਹਨਾਂ ਦੇ ਦਰਸ਼ਨ ਕਰੇਗਾ ਉਹ ਤੈਨੂੰ ਮੁਕਤੀ ਦਾ ਦਾਨ ਬਖਸ਼ਣਗੇ। ਕਹਿੰਦੇ ਫਿਰ ਮੈਂ ਬੇਨਤੀ ਕੀਤੀ ਜੀ ਮੈਂ ਇੰਨਾ ਲੰਮਾ ਸਮਾਂ ਕਿਵੇਂ ਰਹਾਂਗਾ? ਕਹਿਣ ਲੱਗੇ ਅਸੀਂ ਤੈਨੂੰ ਵਰਦਾਨ ਦਿੰਦੇ ਹਾਂ, ਤੈਨੂੰ ਸਮਾਧੀ ਵਿੱਚ ਜਾਣ ਦੀ ਸਾਰੀ ਕਿਰਿਆ ਸਮਝਾ ਦਿੰਦੇ ਹਾਂ ਕਿ ਉਹਨਾਂ ਚਿਰ ਤੇਰਾ ਸਰੀਰ ਬਣਿਆ ਰਹੇਗਾ ਮਾਤ ਲੋਕ ਵਿੱਚ। ਕਹਿੰਦੇ ਉਹਨਾਂ ਨੇ ਮੈਨੂੰ ਸਮਾਧੀ ਵਿੱਚ ਜਾਣ ਦੀ ਸਾਰੀ ਕਿਰਿਆ, ਸਾਰੇ ਸਾਧਨ ਬਖਸ਼ ਦਿੱਤੇ, ਲੰਮੀ ਉਮਰ ਦਾ ਵਰਦਾਨ ਦੇ ਦਿੱਤਾ ਔਰ ਇਸ ਮੱਟ ਵਿੱਚ ਬਿਠਾ ਕੇ ਉੱਤੋਂ ਪੱਥਰ ਲਾ ਦਿੱਤਾ। ਮਹਾਰਾਜ ਮੈਂ ਉਸ ਦਿਨ ਦੀ ਉਡੀਕ ਵਿੱਚ ਸੀ ਜਿਹੜਾ ਅੱਜ ਦਿਨ ਆਇਆ। ਦੇਖੋ ਨੀਵਾਂ ਥਾਂ ਸੀ, ਸਤਿਯੁਗ ਵਿੱਚ ਵੀ ਇੱਥੇ ਪਾਣੀ ਦਾ ਤਲਾਅ ਸੀ, ਆਲੇ ਦੁਆਲੇ ਬਿਰਛ ਲੱਗੇ ਹੋਏ ਸਨ ਤੇ ਸਾਧ ਸੰਗਤ ਜੀ ਕਿਵੇਂ ਮਿੱਟੀਆਂ ਪੈ ਪੈ ਕੇ ਧਰਤੀ ਬਰਾਬਰ ਹੋ ਗਈ। ਫਿਰ ਸਤਿਗੁਰੂ ਜੀ ਨੇ ਉਹੀ ਜਗ੍ਹਾ ਪਟਾਈ ਜਿੱਥੇ ਸੰਤੋਖ ਸਰ ਸਾਹਿਬ ਸਰੋਵਰ ਰਚਿਆ, ਉਹਦਾ ਨਾਮ ਵੀ ਸੰਤੋਖਾ ਜੋਗੀ ਸੀ, ਉਹਦੀ ਯਾਦਗਾਰ ਬਣਾ ਦਿੱਤੀ। ਮਹਾਰਾਜ ਜੀ ਨੇ ਇੰਨਾ ਪਰਉਪਕਾਰ ਕਰ ਦਿੱਤਾ ਉਹਦੇ ਉੱਤੇ। ਬਚਨ ਚੱਲ ਰਹੇ ਸਨ, ਬਾਬਾ ਬੁੱਢਾ ਜੀ ਕਹਿੰਦੇ ਸਤਿਯੁਗ ਵੀ ਬੀਤ ਗਿਆ, ਤ੍ਰੇਤਾ ਵੀ, ਦੁਆਪਰ ਵੀ, ਕਲਯੁਗ ਵੀ ਅੱਧੇ ਤੋਂ ਵੱਧ ਗੁਜ਼ਰ ਗਿਆ। ਬਾਬਾ ਜੀ ਨੇ ਐਂ ਪੰਜ ਉਂਗਲਾਂ ਖੜੀਆਂ ਕੀਤੀਆਂ ਬਾਬਾ ਬੁੱਢਾ ਜੀ ਨੇ। ਕਹਿਣ ਲੱਗੇ ਜੋਗੀ ਰਾਜ ਇੰਨੀ ਤਪੱਸਿਆ ਕੀਤੀ ਹੈ, ਪੰਜਾਂ ਦੀ ਹਾਲਤ ਦੱਸ ਵੀ ਪੰਜਾਂ ਦਾ ਕਿਹੋ ਜਿਹਾ ਪ੍ਰਭਾਵ ਹੈ ਤੇਰੇ ਉੱਤੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜੋਗੀ ਰਾਜ ਨੇ ਸੱਚ ਬੋਲਿਆ, ਜੇ ਪਖੰਡੀ ਹੁੰਦਾ ਤਾਂ ਝੂਠ ਬੋਲਣਾ ਹੀ ਬੋਲਣਾ ਸੀ। ਕਹਿਣ ਲੱਗਾ ਜੀ ਫੁਰਨੇ ਰੂਪ ਦੇ ਵਿੱਚ ਅੱਜ ਵੀ ਇਹਨਾਂ ਦਾ ਅਸਰ ਆ ਜਾਂਦਾ ਹਿਰਦੇ ਵਿੱਚ, ਇਹ ਅਜੇ ਮਰੇ ਨਹੀਂ, ਇਹ ਮੁੱਕੇ ਨਹੀਂ, ਅਜੇ ਇਹਨਾਂ ਦਾ ਅਜੇ ਵੀ ਪ੍ਰਭਾਵ ਹੈ। ਬਾਬਾ ਜੀ ਕਹਿਣ ਲੱਗੇ ਫਿਰ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਮੱਥਾ ਟੇਕਦੇ, ਹੁਣ ਮੁੱਕ ਜਾਣਗੇ। ਫਿਰ ਸਤਿਗੁਰੂ ਜੀ ਨੂੰ ਮੱਥਾ ਟੇਕਿਆ, ਮਹਾਰਾਜ ਜੀ ਨੇ ਬਾਜੀਗਰ ਜੈਸੇ ਬਾਜੀ ਪਾਈ, ਇਹ ਸੂਹੀ ਰਾਗ ਦਾ ਸ਼ਬਦ ਉਚਾਰ ਕੇ ਜੋਗੀ ਨੂੰ ਮੁਕਤੀ ਦਾ ਦਾਨ ਬਖਸ਼ਿਆ। ਸੱਤ ਯੁਗਾਂ ਤੋਂ ਲੈ ਕੇ ਜਿਹੜੇ ਸਮਾਧੀਆਂ ਵਿੱਚ ਬੈਠੇ ਸਨ ਉਹਨਾਂ ਨੂੰ ਮੁਕਤੀ ਦੇ ਦਾਨ ਬਖਸ਼ੇ ਮੇਰੇ ਸਤਿਗੁਰੂ ਨੇ। ਇੰਨੀਆਂ ਲੰਮੀਆਂ ਲੰਮੀਆਂ ਸਮਾਧੀਆਂ, ਸਵਾਮੀ ਵਿਵੇਕਾਨੰਦ ਜੀ ਆਪਣੇ ਸਮੇਂ ਦੇ ਬੜੇ ਪ੍ਰਸਿੱਧ ਵਿਦਵਾਨ ਤਪੱਸਵੀ ਹੋਏ, ਉਹ ਲਿਖਦੇ ਹੈ ਕਹਿੰਦੇ ਜਦੋਂ ਮੈਂ ਬਲੂਰ ਮੱਠ ਵਿੱਚ ਰਹਿ ਕੇ ਤਪ ਕਰਦਾ ਸੀ, ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਦੀ ਸੰਗਤ ਨਾਲ ਉਹਨਾਂ ਦੀ ਕਿਰਪਾ ਨਾਲ ਕਹਿੰਦੇ ਮੈਂ ਸਮਾਧੀ ਵਿੱਚ ਜਾਣਾ ਸ਼ੁਰੂ ਕੀਤਾ। ਜਦੋਂ ਕਹਿੰਦੇ ਮੈਂ ਸਮਾਧੀ ਦੇ ਵਿੱਚ ਚਲਿਆ ਜਾਂਦਾ ਤਾਂ ਕਈ ਵਾਰੀ 12-12 ਘੰਟੇ ਗੁਜ਼ਰ ਜਾਂਦੇ, 24-24 ਘੰਟੇ ਵੀ ਗੁਜ਼ਰ ਜਾਂਦੇ, ਕਈ ਵਾਰੀ 10-10 ਦਿਨ ਵੀ ਸਮਾਧੀ ਵਿੱਚ ਹੀ ਲੰਘ ਜਾਂਦੇ ਸਨ। ਕਹਿੰਦੇ ਕਈ ਵਾਰੀ ਐਸਾ ਹੋਇਆ ਕਿ ਬਲੂਰ ਮੱਠ ਵਿੱਚ ਮੈਂ ਸਮਾਧੀ ਤੇ ਪੱਥਰਾਂ ਵਿੱਚ ਬੈਠੇ ਹੋਣਾ ਤੇ ਸੱਪਾਂ ਨੇ ਆ ਕੇ ਮੇਰੇ ਗੂਠਿਆਂ ਨੂੰ ਚੱਟੀ ਜਾਣਾ। ਸਮਾਧੀ ਦੀ ਐਸੀ ਅਵਸਥਾ ਹੋ ਜਾਂਦੀ ਹੈ,
ਬਾਬਾ ਮੋਹਨ ਜੀ ਦਾ ਵੀ ਆਉਂਦਾ, ਜਦੋਂ ਗੋਂਦਵਾਲ ਸਾਹਿਬ ਸਮਾਧੀ 'ਚ ਬੈਠ ਜਾਂਦੇ ਤਾਂ ਮੱਕੜੀਆਂ ਆਲੇ ਦੁਆਲੇ ਆ ਕੇ ਜਾਲਾ ਪਾ ਲੈਂਦੀਆਂ ਸਨ, ਪਰ ਉਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਸੀ। 6-6 ਮਹੀਨੇ ਬਾਅਦ ਕਿਤੇ ਉਹਨਾਂ ਦੇ ਨੇਤਰ ਖੁੱਲ੍ਹਣੇ, ਫਿਰ ਬਾਬਾ ਮੋਹਰੀ ਜੀ ਨੇ ਇਸ਼ਨਾਨ ਕਰਾਉਣਾ, ਵਸਤਰ ਪਹਿਨਾਉਣੇ, ਲੰਗਰ ਜਲ ਪਾਣੀ ਛਕਾਉਣਾ, ਫਿਰ ਸਮਾਧੀ ਵਿੱਚ ਚਲੇ ਜਾਣਾ। ਇਹ ਅਵਸਥਾ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ, ਪਰਮੇਸ਼ਰ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ। ਸੋ ਸਾਧ ਸਿੰਘ ਜੀ ਮਹਾਰਾਜ ਵੀ ਇੱਥੇ ਕਹਿ ਰਹੇ ਹੈ, ਇਉਂ ਮਨ ਟਿਕ ਜਾਏ, ਮਨ ਜੁੜ ਜਾਏ। ਮਨ ਤਾਂ 2.5 ਸਕਿੰਟ ਜੁੜ ਜਾਏ ਨਾ, 2.5 ਸਕਿੰਟ ਵੀ ਤਾਂ ਵੀ ਬਹੁਤ ਵੱਡੀ ਕਿਰਪਾ ਮੰਨੀ ਜਾਂਦੀ ਹੈ। ਕਲਗੀਧਰ ਜੀ ਨੇ ਤਾਂ ਇੱਥੋਂ ਤੱਕ ਬਚਨ ਕਹਿਤੇ, ਇੱਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿਨ ਜਿੰਨਾ ਸਮਾਂ ਗੁਜ਼ਰ ਕੇ ਜੇ ਮਨ ਜੁੜ ਜਾਏ ਨਾ, ਤਾਂ ਕਹਿੰਦੇ ਕਾਲ ਦਾ ਅਸਰ ਉਹਨਾਂ 'ਤੇ ਵੀ ਨਹੀਂ ਹੁੰਦਾ। ਧਰਮ ਰਾਜ ਦੇ ਜਮਾਂ ਦੇ ਵੱਸ ਉਹ ਵੀ ਨਹੀਂ ਪੈਂਦੇ ਹਨ ਜਿਹਨਾਂ ਦਾ ਇੱਕ ਛਿਨ ਲਈ। ਜਿਹੜਾ ਭਾਈ ਆਪਾਂ ਨੂੰ ਮਹਾਰਾਜ ਜੀ ਨੇ ਨਿਤਨੇਮ ਕਰਨਾ, ਸਿਮਰਨ ਭਜਨ ਕਰਨਾ, ਬਾਣੀ ਪੜ੍ਹਨੀ ਕਹੀ ਹੈ, ਇਹ ਉਸੇ ਵਾਸਤੇ ਕਹੀ ਹੈ ਕਿ ਇੱਕ ਇੱਕ ਛਿਨ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਸਾਡੇ ਸਵਾਸ ਸਫਲੇ ਹੋ ਜਾਣ, ਕਿਤੇ ਨਾ ਕਿਤੇ ਸਾਡਾ ਮਨ ਜੁੜ ਜਾਏ, ਇਕਾਗਰ ਹੋ ਜਾਏ। ਚਲੋ ਨਹੀਂ ਵੀ ਹੁੰਦਾ ਨਾ ਹੋਏ, ਆਪਾਂ ਹੁਕਮ ਤਾਂ ਮੰਨਣਾ ਨਾ। ਮਹਾਰਾਜ ਸਾਹਿਬ ਦਾ ਹੁਕਮ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਗੁਰਮੁਖ ਨਾਮ ਦਾਨ ਇਸ਼ਨਾਨ, ਇਸ਼ਨਾਨ ਕਰੋ, ਨਿਤਨੇਮ ਕਰੋ 5 ਬਾਣੀਆਂ ਦਾ, ਸ਼ਾਮ ਨੂੰ ਰਹਿ ਰਸ ਕੀਰਤਨ ਸੋਹਲੇ ਦਾ, ਘੱਟ ਤੋਂ ਘੱਟ ਇੰਨਾ। ਇਸ ਤੋਂ ਇਲਾਵਾ ਮੂਲ ਮੰਤਰ ਦਾ ਅਭਿਆਸ, ਵਾਹਿਗੁਰੂ ਮੰਤਰ ਦਾ ਅਭਿਆਸ, ਜਪਜੀ ਸਾਹਿਬ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ, ਅਕਾਲ ਉਸਤਤ ਦੇ ਪਾਠ, ਆਨੰਦ ਸਾਹਿਬ ਦੇ, ਆਸਾ ਜੀ ਦੀ ਵਾਰ ਦੇ, ਜਿੰਨਾ ਵੀ ਹੋ ਸਕੇ ਆਪਾਂ ਹੁਕਮ ਮੰਨਾਂਗੇ। ਜਿਨ੍ਹਾਂ ਦਾ ਹੁਕਮ ਮੰਨਿਆ ਆਪੇ ਉਹਨਾਂ ਨੂੰ ਸਾਡੀ ਚਿੰਤਾ, ਆਪੇ ਉਹਨਾਂ ਨੂੰ ਸਾਡਾ ਫਿਕਰ, ਆਪ ਹੀ ਸਾਡੀ ਬਾਂਹ ਫੜਨਗੇ, ਪਰ ਹੁਕਮ ਤਾਂ ਮੰਨੀਏ ਨਾ। ਹੁਣ ਮਾਲਕ ਦਾ ਹੁਕਮ ਉਹਦਾ ਨੌਕਰ ਮੰਨਦਾ, ਉਹਨੂੰ ਫਿਕਰ ਹੁੰਦਾ ਕਿ ਇਹਨੂੰ ਖਾਣ ਵਾਸਤੇ ਵੀ ਮੈਂ ਦੇਣਾ, ਪਹਿਨਣ ਵਾਸਤੇ ਵੀ ਦੇਣਾ, ਇਹਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ। ਆਪਾਂ ਵੀ ਹੁਕਮ ਮੰਨ ਲਈਏ, ਆਪਣੇ ਮਾਲਕ ਨੂੰ ਆਪਣਾ ਫਿਕਰ ਹੈ, ਆਪਾਂ ਮਹਾਰਾਜ 'ਤੇ ਛੱਡ ਦਿਓ, ਪਰ ਹੁਕਮ ਮੰਨੋ। ਸੋ ਇਸ ਲਈ ਭਾਈ ਮਹਾਰਾਜ ਇੱਥੇ ਕਹਿੰਦੇ, ਭਾਈ ਜਿਵੇਂ ਜਿਵੇਂ ਮਨ ਨਿਕਲਦਾ ਇਹਨੂੰ ਦੁਬਾਰਾ ਦੁਬਾਰਾ ਮੋੜ ਕੇ ਲਿਆਉਣਾ, ਦੁਬਾਰਾ ਦੁਬਾਰਾ ਫਿਰ ਗੁਰ ਸ਼ਬਦ ਵਿੱਚ, ਬਾਣੀ ਵਿੱਚ, ਨਾਮ ਵਿੱਚ ਜੋੜਨਾ ਹੈ। ਸਹਿਜ ਸੁਭਾਇਕ ਥਿਰਤਾ ਹੋਏ, ਕਹਿੰਦੇ ਜਦੋਂ ਬਾਰ ਬਾਰ ਇਹਨੂੰ ਰੋਕੋਗੇ, ਸਾਵਧਾਨ ਹੋ ਕੇ ਐਨ ਮਨ ਦੇ ਉੱਤੇ ਨਿਗਾਹ ਰੱਖਣੀ। ਮਨ ਨੂੰ ਟਿਕਾਉਣ ਦਾ ਇੱਕ ਸਾਧਨ ਸੌਖਾ ਜਿਹਾ ਇਹ ਵੀ ਦੱਸਦੇ ਹੈ ਵੀ ਐਨ ਤੁਸੀਂ ਚੌਂਕੜਾ ਮਾਰ ਕੇ ਇਕਾਗਰਤਾ ਨਾਲ ਬੈਠ ਜਾਓ, ਮਨ ਦੇ ਫੁਰਨਿਆਂ ਨੂੰ ਦੇਖੋ ਕਿ ਮਨ ਕਿੱਧਰ ਨੂੰ ਦੌੜਦਾ। ਜਿੱਦਾਂ ਸਿਆਣੇ ਮਾਂ ਬਾਪ ਦੇਖਦੇ ਸਾਡਾ ਬੱਚਾ ਕਿੱਧਰ ਨੂੰ ਜਾਂਦਾ, ਕੀ ਕਰਦਾ, ਕੀ ਕੁਝ ਬੋਲਦਾ, ਉਹਦੀਆਂ ਹਰਕਤਾਂ ਨੂੰ ਨੋਟ ਕਰਦੇ ਹੈ, ਫਿਰ ਵੇਖਦੇ ਆ, ਉਸ ਨੂੰ ਸਮਝਾਉਂਦੇ ਵੀ ਹੈ, ਔਰ ਇਸ ਤੋਂ ਇਲਾਵਾ ਵੇਖਦੇ ਆ ਕਿ ਕਿਹੜੇ ਕਿਹੜੇ ਪਾਖੇ ਦੇ ਵਿੱਚ ਸਹੀ ਹਨ, ਉਹਨਾਂ ਨੂੰ ਉਤਸ਼ਾਹ ਦਿੰਦੇ ਆ, ਜਿਹੜੇ ਗਲਤ ਹੈ ਉਹਨਾਂ ਤੋਂ ਰੋਕਦੇ ਆ। ਇਸ ਤਰ੍ਹਾਂ ਮਨ ਦੀ ਹਾਲਤ ਨੂੰ ਉੱਤੇ ਖੜ ਕੇ ਉਸ ਉੱਤੇ ਧਿਆਨ ਦੇਣਾ ਕਿ ਮਨ ਕਿੱਧਰ ਨੂੰ ਜਾ ਰਿਹਾ, ਅਤੇ ਫਿਰ ਜਦੋਂ ਇਉਂ ਅਭਿਆਸ ਕਰਦੇ ਰਹੋ ਕਰਦੇ ਰਹੋ, ਅਤੇ ਮਾੜੇ ਪਾਸੇ ਜਾਣ ਤੋਂ ਮਨ ਜਾਂਦਾ ਜਾਵੇ, ਉਹਨੂੰ ਰੋਕ ਲੈਣਾ
ਗੁਰੂ ਦੇ ਭੈ ਵਿੱਚ ਰਹਿਣਾ ਔਰ ਹੌਲੀ ਹੌਲੀ ਕਹਿੰਦੇ ਫਿਰ ਇਹ ਟਿਕਣ ਲੱਗ ਜਾਂਦਾ। ਪਰ ਜ਼ਿਆਦਾ ਸੁਖੈਨ ਤਰੀਕਾ ਗੁਰੂ ਕਾ ਹੈ ਵੀ ਇਹਨੂੰ ਬਾਣੀ ਵਿੱਚ ਲਾਓ, ਸਿਮਰਨ ਵਿੱਚ ਲਾਓ, ਨਾਮ ਵਿੱਚ ਲਾਓ। ਇਹ ਜੇ ਦੌੜਦਾ ਇਹਨੂੰ ਲਾਓ ਕਿਸੇ ਨਾ ਕਿਸੇ ਪਾਸੇ। ਜਿਵੇਂ ਬੜਾ ਸੋਹਣਾ ਇੱਕ ਦ੍ਰਿਸ਼ਟਾਂਤ ਆਉਂਦਾ, ਕਹਿੰਦੇ ਕਿਸੇ ਬੰਦੇ ਨੂੰ ਭੂਤ ਵਿੱਦਿਆ ਦਾ ਉਹ ਬੜਾ ਮਾਹਰ ਸੀ, ਉਹਨੂੰ ਭੂਤ ਵਸ ਕਰਨੇ ਆਉਂਦੇ ਸਨ। ਕੋਈ ਚੇਲਾ ਕੋਲੇ ਚਲੇ ਗਿਆ, ਕਹਿੰਦਾ ਜੀ ਮੈਨੂੰ ਭੂਤ ਵਿੱਦਿਆ ਸਿਖਾਓ। ਕਹਿੰਦੇ ਵੀ ਤੂੰ ਕੀ ਕਰਨਾ? ਕਹਿੰਦੇ ਜੀ ਸੁਣਿਆ ਵੀ ਭੂਤ ਕੰਮ ਬੜਾ ਦਿੰਦੇ ਆ। ਕਹਿੰਦੇ ਠੀਕ ਹੈ ਭਾਈ, ਕੁਛ ਦਿਨ ਰਹਿ ਕੇ ਭੂਤਾਂ ਦੇ ਮੰਤਰ ਮੁੰਤਰ ਪੜ੍ਹਾ ਕੇ ਉਹਨੂੰ ਭੂਤ ਦੇ ਤਾ। ਕਹਿੰਦੇ ਇੱਕ ਗੱਲ ਚੇਤੇ ਰੱਖੀ, ਇਹਨੂੰ ਇੱਕ ਸਕਿੰਟ ਲਈ ਵਿਹਲਾ ਨਾ ਛੱਡੀ, ਜੇ ਤੂੰ ਵਿਹਲਾ ਛੱਡਤਾ ਇਹਨੇ ਤੈਨੂੰ ਮਾਰ ਦੇਣਾ, ਤੇਰਾ ਖਹਿੜਾ ਨਹੀਂ ਛੱਡਣਾ ਇਹਨੇ। ਫਿਰ ਇਹਨੂੰ ਕੰਮ ਲਾਈ ਰੱਖੀ। ਸਾਧ ਸੰਗਤ ਜੀ ਭੂਤ ਵਸ ਵਿੱਚ ਕਰ ਲਿਆ ਭੂਤ ਨੂੰ, ਉਹ ਕੰਮ ਕਹਿੰਦਾ ਉਹੀ ਕੰਮ ਕਰਕੇ ਸਕਿੰਟ ਵਿੱਚ ਮੁੜ ਆਉਂਦਾ, ਕੰਮ ਉਹਦੇ ਹੋਈ ਜਾਂਦੇ ਹੈ। ਅਤੇ ਦਿਨ ਬ ਦਿਨ ਜਿਹੜਾ ਰੰਗ ਹੈ ਉਹ ਪੀਲਾ ਪਈ ਜਾਂਦਾ, ਸਰੀਰ ਸੁੱਕੀ ਜਾਂਦਾ ਵੀ ਇਹਨੇ ਮੈਨੂੰ ਮਾਰ ਦੇਣਾ, ਹੁਣ ਛੱਡਣਾ ਨਹੀਂ। ਉਹ ਫਿਰ ਗਿਆ ਆਪਣੇ ਗੁਰੂ ਕੋਲੇ, ਕਹਿੰਦਾ ਜੀ ਮੈਨੂੰ ਦੱਸੋ ਕੰਮ ਕਿੰਨੇ ਕੁ ਮੈਂ ਦੱਸਾਂ, ਇਹ ਤਾਂ ਮੈਨੂੰ ਮਾਰ ਦੇਣਾ ਇਹਨੇ ਬਲਾ ਨੇ। ਕਹਿੰਦੇ ਇਉਂ ਕਰ, ਘਰ ਵਿੱਚ ਬਾਂਸ ਗੱਡ ਲੈ, ਔਰ ਜਦੋਂ ਕੰਮ ਹੋਇਆ ਉਦੋਂ ਲਾ ਦਿੱਤਾ, ਜਦੋਂ ਕੰਮ ਤੋਂ ਬਾਅਦ ਵਿਹਲਾ ਹੋਵੇ ਉਦੋਂ ਇਹਨੂੰ ਡਿਊਟੀ ਲਾ ਦੇ ਵੀ ਚੜ੍ਹੀ ਜਾ ਉਤਰੀ ਜਾ, ਚੜ੍ਹੀ ਜਾ ਉਤਰੀ ਜਾ। ਇਉਂ ਇਹਨੂੰ ਲਾਈ ਰੱਖੀ ਤਾਂ ਬਚੇਗਾ, ਨਹੀਂ ਤੂੰ ਮਰ ਜਾਣਾ। ਸੋ ਭਾਈ ਮਨ ਦੀ ਹਾਲਤ ਵੀ ਐਸੀ ਹੈ। ਵਿਦਵਾਨਾਂ ਨੇ ਤਾਂ ਮਨ ਦੀ ਹਾਲਤ ਬੜੀ ਸੁੰਦਰ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖੀ ਹੈ। ਚਲ ਦਲ ਪੱਤਰ ਪਤਾਕ ਪੱਟ ਦਾਮਨ ਕੱਛਪ ਮਾਤ, ਭੂਤ ਦੀਪ ਦੀਪਕ ਸਿਖਾ ਯੋ ਮਨ ਬਿਰਤ ਅਨਾਥ। ਅਨਾਥਪੁਰੀ ਜੀ ਕਹਿੰਦੇ ਆ, ਜਿਵੇਂ ਬਿਰਛ ਦੇ ਉੱਤੇ ਸਭ ਤੋਂ ਅਖੀਰਲਾ ਪਿੱਪਲ ਦਾ ਪੱਤਾ ਹੁੰਦਾ ਨਾ, ਸਭ ਤੋਂ ਸਿਰੇ ਦੀ ਚੋਟੀ 'ਤੇ, ਹਵਾ ਭਾਵੇਂ ਬੰਦ ਵੀ ਹੋਵੇ ਪਰ ਉਹ ਹਿਲਦਾ ਹੀ ਰਹਿੰਦਾ, ਉਹ ਨਹੀਂ ਟਿਕਦਾ। ਦਾਮਨ ਜਿਹੜੀ ਆਕਾਸ਼ੀ ਬਿਜਲੀ ਹੈ ਇਹ ਵੀ ਨਹੀਂ ਟਿਕਦੀ, ਇਹ ਵੀ ਭਟਕਦੀ ਰਹਿੰਦੀ ਹੈ, ਚਮਤਕਾਰਾਂ ਮਾਰਦੀ ਹੈ। ਦਾਮਨੀ ਚਮਤਕਾਰ ਗੁਰਬਾਣੀ ਵਿੱਚ ਆਇਆ, ਤਿਉਂ ਵਰਤਾਰਾ ਜੱਗ ਖੇ, ਉਹ ਵੀ ਐਨ ਚੰਚਲ ਹੈ, ਭਾਵ ਉਹ ਵੀ ਚਲਾਏਮਾਨ ਹੈ, ਇੱਕ ਥਾਂ 'ਤੇ ਟਿਕਦੀ ਨਹੀਂ, ਚਮਤਕਾਰਾ ਜਿਹਾ ਮਾਰਦੀ ਹੈ, ਲਿਸ਼ਕੋਰ ਮਾਰਦੀ ਹੈ, ਫਟ ਕੇ ਫਿਰ ਹੋਰ ਮਾਰਦੀ ਹੈ। ਇਉਂ ਚਲ ਦਲ ਪੱਤਰ ਪਤਾਕ ਪੱਟ, ਪਤਾਕਾ ਹੁੰਦਾ ਨਿਸ਼ਾਨ ਦਾ ਫਰਲਾ, ਜਿਵੇਂ ਨਿਸ਼ਾਨ ਸਾਹਿਬ ਦਾ ਫਰਲਾ, ਉਹ ਵੀ ਹਿਲਦਾ ਰਹਿੰਦਾ। ਇਉਂ ਕਹਿ ਲਓ ਤੋਂ ਜ਼ਿਆਦਾ ਸਿਰੇ ਦਾ ਫਰਲਾ। ਇਸੇ ਤਰ੍ਹਾਂ ਚਲ ਦਲ ਪੱਤਰ ਪਤਾਕ ਪੱਟ ਦਾਮਨ ਕੱਛਪ ਮਾਤ, ਕੱਛੂ ਦੀ ਸਿਰੀ ਵੀ ਹਿਲਦੀ ਰਹਿੰਦੀ ਹੈ। ਭੂਤ ਦੀਪ ਦੀਪਕ ਸਿਖਾ, ਭੂਤਾਂ ਦੀ ਅੱਗ ਵੀ ਨਹੀਂ ਇੱਕ ਥਾਂ 'ਤੇ ਟਿਕਦੀ। ਪੁਰਾਣੇ ਲੋਕ ਕਿਹਾ ਕਰਦੇ, ਉਹ ਦੂਰ ਦੇਖੋ ਅੱਗ ਜੀ ਮੱਚਦੀ ਹੈ, ਚੰਗਿਆੜੀਆਂ ਜੀਆਂ ਬੁੱਝਦੀਆਂ ਅਤੇ ਜਗਦੀਆਂ। ਕਹਿੰਦੇ ਭੂਤ ਅੱਗ ਹੈ, ਭੂਤਾਂ ਦੀ ਅਗਨੀ ਹੈ, ਇਉਂ ਕਿਹਾ ਕਰਦੇ ਸਨ। ਇਸੇ ਤਰ੍ਹਾਂ ਦੀਪ ਦੀਪਕ ਸਿਖਾ, ਜਿਹੜਾ ਦੀਵਾ ਹੁੰਦਾ ਉਹਦੀ ਲੋ ਵੀ ਸਿਰੇ ਉਹ ਨਹੀਂ ਟਿਕਦੀ, ਉਹ ਵੀ ਹਿਲਦੀ ਰਹਿੰਦੀ ਹੈ। ਇਹ ਉਹਨਾਂ ਨੇ ਪ੍ਰਮਾਣ ਦਿੱਤੇ ਆ। ਕਹਿੰਦੇ ਜਿਵੇਂ ਇਹ ਵਸਤੂਆਂ ਚੰਚਲ ਹੈ ਨਾ, ਟਿਕਦੀਆਂ ਨਹੀਂ ਆਪਣੀ ਥਾਂ 'ਤੇ, ਇਸੇ ਤਰ੍ਹਾਂ ਮਨ ਵੀ ਚੰਚਲ ਹੈ, ਮਨ ਵੀ ਨਹੀਂ ਟਿਕਦਾ, ਮਨ ਦੀ ਹਾਲਤ ਵੀ ਇਹਨਾਂ ਵਰਗੀ ਹੈ। ਫਿਰ ਹੁਣ ਇਹਨੂੰ ਟਿਕਾਈਏ ਕਿ ਗੁਰ ਸ਼ਬਦ ਦਾ ਥੰਮਾ ਖੜਾ ਕਰ ਦਿਓ। ਕਹਿੰਦੇ ਗੁਰ ਸ਼ਬਦ ਦਾ, ਨਾਮ ਦਾ, ਬਾਣੀ ਦਾ,
ਉਹਦੇ ਦੁਆਲੇ ਨੂੰ ਗੁਰਸ਼ਬਦ ਦੇ ਥੰਮੇ ਦੇ ਉੱਤੇ ਚੜ੍ਹਾਈ ਜਾਓ। ਕਾਹਦੇ ਨਾਲ? ਸਵਾਸਾਂ ਨਾਲ, ਆਉਂਦੇ ਜਾਂਦੇ ਸਵਾਸ ਨਾਲ ਵਾਹਿਗੁਰੂ 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 ਦਾ ਜਾਪ ਕਰਨਾ, ਇਸੇ ਤਰ੍ਹਾਂ ਨਾਮ ਦਾ ਔਰ ਇਸੇ ਤਰ੍ਹਾਂ ਮੂਲ ਮੰਤਰ ਦਾ, ਹੌਲੀ ਹੌਲੀ ਫਿਰ ਆਪ ਹੀ ਟਿਕ ਜਾਏਗਾ। ਇਉਂ ਭਾਈ ਇਹ ਜਿਹੜਾ ਮਨ ਹੈ, ਮਹਾਰਾਜ ਕਹਿੰਦੇ ਸਹਿਜ ਸੁਭਾਇਕ ਥਿਰਤਾ ਹੋਏ, ਪਹਿਲਾਂ ਸਾਵਧਾਨੀ ਵਰਤਣੀ, ਫਿਰ ਸੁਤੇ ਹੀ ਹੌਲੀ 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 ਇਹ ਮਨ ਸਾਧ ਸੰਗਤ ਦੀ ਥਿਰਤਾ ਦੇ ਘਰ ਵਿੱਚ ਇਕਾਗਰਤਾ ਦੇ ਵਿੱਚ ਆ ਕੇ ਟਿਕ ਜਾਂਦਾ, ਜੁੜ ਜਾਂਦਾ, ਉਹਦੀ ਭਟਕਣਾ ਮਿਟ ਜਾਂਦੀ ਹੈ ਹਮੇਸ਼ਾ ਵਾਸਤੇ। ਮਹਾਰਾਜ ਕਹਿੰਦੇ ਇਹਦੇ ਲਈ ਸਾਧਨ ਕਰਨਾ ਪੈਂਦਾ। ਕਿਉਂ ਭਾਈ? ਇਹ ਮਨ ਵਸੀਭੂਤ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ। ਸਤਿਗੁਰੂ ਜੀ ਉਹੀ ਢੰਗ ਤਰੀਕਾ ਦੱਸ ਰਹੇ ਹੈ ਵੀ ਸਹਿਜ ਸੁਭਾਇਕ ਸੁਤੇ ਸਿੱਧ, ਫਿਰ ਇਹ ਮਨ ਜਦੋਂ ਰੋਕੀਏ, ਰੋਕਦਿਆਂ ਰੋਕਦਿਆਂ ਸ਼ਬਦ ਵਿੱਚ ਬਾਣੀ ਵਿੱਚ ਲਾਓ, ਫਿਰ ਇਹ ਥਿਰਤਾ ਨਾਮ ਟਿਕਣ ਲੱਗ ਪੈਂਦਾ। ਐਸਾ ਟਿਕਦਾ ਐਸਾ ਟਿਕਦਾ, ਫਿਰ ਭਾਈ ਤਾਰੂ ਸਿੰਘ ਜੀ ਦਾ ਐਨ ਮਨ ਸ਼ਬਦ ਵਿੱਚ ਜੁੜਿਆ ਹੋਇਆ ਸੀ, ਸੀਸ ਉੱਤੋਂ ਖੋਪਰਾ ਵੀ ਲਹਿ ਰਿਹਾ ਸੀ, ਪਰ ਉਹਨਾਂ ਉੱਤੇ ਕੋਈ ਅਸਰ ਨਹੀਂ ਸੀ। ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਜਾ ਰਿਹਾ ਸੀ, ਉਹਨਾਂ ਉੱਤੇ ਕੋਈ ਅਸਰ ਨਹੀਂ ਸੀ। ਫਿਰ ਐਸੀ ਸਹਿਜ ਅਵਸਥਾ, ਸਥਿਰ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਭਾਵ ਉਹ ਸ਼ਰੇ ਕਸ਼ਟ ਗਨ ਖੋਏ, ਮਹਾਰਾਜ ਕਹਿੰਦੇ ਸ਼ਰੇ ਫਿਰ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ, ਔਰ ਸਾਰੇ ਕਸ਼ਟ ਜਿੰਨੇ ਹੈ ਜੰਮਣ ਮਰਨ ਦੇ ਸੰਸਾਰ ਦੇ ਸਾਰੇ ਦੁੱਖ ਉਹਨਾਂ ਦੇ ਨਾਸ ਹੋ ਜਾਂਦੇ ਜਦੋਂ ਮਨ ਟਿਕਣ ਲੱਗ ਜਾਏ ਗੁਰਸ਼ਬਦ ਵਿੱਚ। ਫਿਰ ਮਹਾਰਾਜ ਸੰਸਾਰ ਦੇ ਦੁੱਖ ਵੀ ਕੱਟ ਦਿੰਦੇ ਹੈ, ਇਹ ਕਿਰਪਾ ਵੀ ਇਹ ਬਰਕਤਾਂ ਵੀ ਨਾਮ ਅਭਿਆਸੀਆਂ ਨੂੰ ਸੁਤੇ ਪ੍ਰਾਪਤ ਹੋ ਜਾਂਦੀਆਂ ਹਨ। ਜਦੋਂ ਮਨ ਟਿਕਣ ਲੱਗ ਜਾਏ, ਸਾਧ ਸੰਗਤ ਜੀ ਟਿਕਿਆ ਹੋਇਆ ਮਨ, ਫਿਰ ਮਹਾਰਾਜ ਦੀ ਕਿਰਪਾ ਦੇ ਨਾਲ ਉਹਦੇ ਸਾਰੇ ਕਸ਼ਟ ਵੀ ਦੂਰ ਹੋ ਜਾਂਦੇ ਹਨ, ਅਤੇ ਕਲਿਆਣ ਮੁਕਤੀ ਵੀ, ਜੰਮਣ ਮਰਨ ਦੇ ਕਸ਼ਟ ਵੀ, ਇਹ ਸਾਰੇ ਗੁਰੂ ਸਾਹਿਬ ਉਹਨਾਂ ਦੇ ਕਹਿੰਦੇ ਦੂਰ ਹੋ ਜਾਂਦੇ ਸੁਣ ਉਪਦੇਸ਼ ਯਤਨ ਤੇ ਮਿਠਾਨਾ। ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਉਸੇ ਤਰ੍ਹਾਂ ਯਤਨ ਸਾਧਨ ਕਰਨ ਲੱਗ ਪਏ। ਸਾਧਨ ਕੀਤਿਆਂ ਤੋਂ ਬਿਨਾਂ, ਕਮਾਈ ਕੀਤਿਆਂ ਤੋਂ ਬਿਨਾਂ ਇਹ ਅਵਸਥਾ ਨਹੀਂ ਆਇਆ ਕਰਦੀ, ਸਾਧਨ ਕਰਨਾ ਹੀ ਪੈਂਦਾ। ਗੁਰੂ ਸਾਹਿਬ ਨੇ ਕਰਕੇ ਵਿਖਾਏ ਹੈ ਔਰ ਆਗਿਆ ਵੀ ਕੀਤੀ ਹੈ, ਇਸ ਕਰਕੇ ਭਾਈ ਇਸ ਤਰ੍ਹਾਂ ਸਾਧਨ ਕਰਨ ਲੱਗ ਪਏ ਗੁਰੂ ਸਾਹਿਬ ਦਾ ਉਪਦੇਸ਼ ਸੁਣ ਕੇ। ਸੋ ਪ੍ਰਾਪਤ ਹੋਏ ਕਲਿਆਣ, ਕਲਿਆਣ ਪ੍ਰਾਪਤ ਹੋ ਗਈ, ਮਨ ਨੂੰ ਸ਼ਾਂਤੀ ਆ ਗਈ, ਮਨ ਐਨ ਟਿਕ ਗਿਆ ਗੁਰਸ਼ਬਦ ਵਿੱਚ, ਉਹ ਭਟਕਣਾ ਮੁੱਕ ਗਈ ਹੈ। ਸਾਧ ਸੰਗਤ ਜੀ ਟਿਕੇ ਹੋਏ, ਜਿਨ੍ਹਾਂ ਦੀ ਅਵਸਥਾ ਨਾਮ ਵਿੱਚ ਟਿਕ ਜਾਂਦੀ ਹੈ, ਉਹਨਾਂ ਦੀ ਅਵਸਥਾ ਦੇਖੋ ਕਿਆ ਬਾ ਕਮਾਲ। ਮੋਗੇ ਜਦੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੀ ਲਹਿਰ ਚੱਲ ਰਹੀ ਸੀ ਨਾ, ਗੁਰਧਾਮਾਂ ਨੂੰ ਆਜ਼ਾਦ ਕਰਾਉਣ ਦੀ, ਉਦੋਂ ਮਹਾਂਪੁਰਖ ਦਮਦਮੀ ਟਕਸਾਲ ਦੇ 11ਵੇਂ ਮੁਖੀ ਪੰਥ ਰਤਨ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮੋਗੇ ਇਲਾਕੇ ਵਿੱਚ ਉਹਨਾਂ ਦਾ ਪ੍ਰੋਗਰਾਮ ਬਣਾਇਆ ਸੰਗਤਾਂ ਨੇ, ਔਰ ਕਹਿਣ ਲੱਗੇ ਮਹਾਂਪੁਰਖਾਂ ਨੂੰ ਬੁਲਾਓ, ਉਹਨਾਂ ਤੋਂ ਕੀਰਤਨ ਸੁਣੀਏ। ਸਤਿਪੁਰਸ਼ ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਕਰਦੇ, ਦੇਨੇ ਸਾਧ ਸੰਗਤ ਜੀ ਖੜ ਕੇ ਵਾਡਾ ਲੈ ਕੇ ਬਾਣੀ ਦਾ ਕੀਰਤਨ ਔਰ ਬਾਣੀ ਦੀਆਂ ਹੀ ਧਾਰਨਾ ਲਾ ਕੇ ਦੋ ਦੋ ਤਿੰਨ ਤਿੰਨ ਘੰਟੇ ਵਿਆਖਿਆ ਕਰਦੇ, ਸ਼ਾਮ ਨੂੰ ਗੁਰ ਇਤਿਹਾਸ ਦੀ ਕਥਾ ਸੁਣਾਉਂਦੇ। ਮਹਾਂਪੁਰਸ਼ਾਂ ਦਾ ਸਮਾਗਮ ਰੱਖ ਲਿਆ,
ਸੰਗਤਾਂ ਬੜੀਆਂ ਆਈਆਂ ਦੂਰੋਂ ਦੂਰੋਂ ਸੁਣਨ ਵਾਸਤੇ, ਲੱਖਾਂ ਦਾ ਇਕੱਠ ਜੁੜ ਗਿਆ ਮੀਲਾਂ ਦੇ ਵਿੱਚ। ਮਹਾਂਪੁਰਸ਼ ਪਿਛਲੇ ਪ੍ਰੋਗਰਾਮ ਤੋਂ ਉਦੋਂ ਤੁਰ ਕੇ ਜ਼ਿਆਦਾ ਆਉਣ ਦੇ ਸਾਧਨ ਸਨ, ਰੇਲ ਗੱਡੀਆਂ ਅਤੇ ਵੱਡੇ ਸ਼ਹਿਰਾਂ ਨੂੰ ਲੋਕ ਜਾਂਦੇ। ਸੱਤ ਪੁਰਸ਼ ਤੁਰ ਕੇ ਆਉਂਦੇ, ਕੁਝ ਦੇਰ ਹੋ ਗਈ, ਲੇਟ ਹੋ ਗਿਆ ਸਮਾਗਮ। ਜਦੋਂ ਮਹਾਂਪੁਰਖ ਪਹੁੰਚੇ, ਨਾਲ ਦੋ ਚਾਰ ਸਿੰਘ ਸਨ, ਅਤੇ ਮਹਾਂਪੁਰਖਾਂ ਦੇ ਸੀਸ ਉੱਤੇ ਖੱਦਰ ਦੀ ਦਸਤਾਰ ਅਤੇ ਗਲ ਵਿੱਚ ਸਾਧ ਸਿੰਘ ਦੀ ਖਫਨੀ ਪਾਈ ਹੋਈ ਅਤੇ ਪਰਨਾ। ਲੋਕ ਵੇਖਣ ਲੱਗ ਪਏ, ਕਹਿਣ ਲੱਗੇ ਵੀ ਸੰਤ ਭਿੰਡਰਾਂ ਵਾਲੇ ਕਹਿੰਦੇ ਸੀ ਆਉਣਾ ਆਉਣਾ, ਆਏ ਹੈ ਨਹੀਂ। ਇਹ ਤਾਂ ਕੋਈ ਖੇਤਾਂ ਵਿੱਚ ਕੰਮ ਕਰਦਾ ਜਿਮੀਦਾਰ ਫਸਲ ਗੁੱਡਦਾ ਆ ਗਿਆ ਉੱਠ ਕੇ, ਇਹ ਉਹ ਨਹੀਂ ਹਨ। ਕਿਉਂ ਲੋਕਾਂ ਦਾ ਸੁਭਾਅ ਸਾਧ ਸਿੰਘ ਜੀ ਬਾਹਰਲੀ ਰਹਿਣੀ ਨੂੰ ਦੇਖ ਕੇ ਬੜੀ ਛੇਤੀ ਮਗਰ ਲੱਗਦੀ, ਕਰਨੀ ਨੂੰ ਕੋਈ ਘੱਟ ਵੇਖਦਾ। ਅੱਜ ਦੇ ਸਮੇਂ ਵਿੱਚ ਵੀ ਇਹੀ ਹਾਲਤ ਹੈ। ਪ੍ਰਬੰਧਕ ਕਹਿਣ ਲੱਗੇ, ਮਹਾਂਪੁਰਖਾਂ ਨੇ ਮੱਥਾ ਟੇਕਿਆ, ਕਹਿੰਦੇ ਜੀ ਸੰਗਤ ਉੱਠ ਕੇ ਤੁਰਨ ਲੱਗ ਪਈ ਹੈ, ਜਾਣ ਲੱਗ ਪਈ ਹੈ, ਦੀਵਾਨ ਵਿਹਲਾ ਹੋ ਜਾਣਾ। ਮਹਾਂਪੁਰਖ ਕਹਿੰਦੇ ਚਿੰਤਾ ਨਾ ਕਰੋ ਭਾਈ, ਮਹਾਰਾਜ 'ਤੇ ਭਰੋਸਾ ਰੱਖੋ। ਜਦੋਂ ਸਾਧ ਸਿੰਘ ਜੀ ਖੜ੍ਹੇ ਹੋ ਕੇ ਨਾ, ਮਹਾਂਪੁਰਸ਼ਾਂ ਨੇ ਪਹਿਲੀਆਂ ਪੰਗਤੀਆਂ ਸ਼ਬਦ ਦੀਆਂ ਵਾਜੇ ਤੋਂ ਪੜ੍ਹੀਆਂ ਨਾ, ਜਿੱਥੇ ਜਿੱਥੇ ਸੰਗਤ ਖੜ੍ਹੀ ਸੀ ਉੱਥੇ ਹੀ ਬੈਠ ਗਈ। ਜਿਹੜੇ ਦੂਰ ਵੀ ਗਏ ਆਵਾਜ਼ ਸੁਣ ਕੇ, ਐਸੀ ਉਹਨਾਂ ਦੀ ਆਵਾਜ਼ ਵਿੱਚ ਕਰਨੀ ਬਰਕਤ ਮਿਠਾਸ ਕਹਿ ਲਓ, ਅੰਮ੍ਰਿਤ ਵਰਗੀ ਮਿਠਾਸ, ਉਹ ਵਾਪਸ ਮੁੜ ਆਈ ਸਾਰੀ ਸੰਗਤ। ਸਵੇਰ ਦੇ ਬੈਠੇ ਸਨ ਸੰਗਤ। ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਦੱਸਦੇ ਹੁੰਦੇ ਸੀ, ਕਹਿੰਦੇ ਸੰਤ ਮਹਾਰਾਜ ਉਹ ਸ਼ਬਦ ਇਹ ਵਰਤਦੇ ਸਨ ਆਪ, ਕਹਿੰਦੇ ਸੰਤ ਮਹਾਰਾਜ ਭਿੰਡਰਾਂ ਵਾਲੇ ਜਦੋਂ ਵੱਡੇ ਕਥਾ ਕਰਦੇ ਸਨ ਨਾ, ਕਹਿੰਦੇ ਉਹਨਾਂ ਦੀ ਕਥਾ ਸੁਣ ਕੇ ਸਮਾਧੀਆਂ ਲੱਗ ਜਾਂਦੀਆਂ ਸਨ ਸੰਗਤ ਦੀਆਂ, ਐਸੀ ਉਹਨਾਂ ਦੀ ਕਰਨੀ ਸੀ, ਐਸੀ ਕਮਾਈ ਸੀ। ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਰਹੇ ਆ, ਉਹਨਾਂ ਨੇ ਆਪ ਸੁਣੀ ਕਥਾ ਉਹਨਾਂ ਦੇ ਮੁਖਾਰ ਬਿੰਦ ਤੋਂ। ਸੋ ਸਾਧ ਸੰਗਤ ਜੀ, ਜਦੋਂ ਮਹਾਂਪੁਰਖਾਂ ਨੇ ਕੀਰਤਨ ਕੀਤਾ, 5 ਘੰਟੇ ਕੀਰਤਨ ਕੀਤਾ, 5 ਘੰਟੇ ਐਸਾ ਉਹਨਾਂ ਦਾ, ਐਸੀ ਸ਼ਬਦ ਵਿੱਚ ਸਮਾਧੀ ਜੁੜੀ, ਐਸੀ ਵਿਆਖਿਆ ਰਸ ਵਿੱਚ ਨਾਮ ਵਿੱਚ ਭਿੱਜੀ ਹੋਈ ਆਤਮਾ। ਕਹਿਣ ਲੱਗੇ ਸੰਗਤ ਜੀ, ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਤੁਹਾਡੇ ਮਨ ਦਾਸ ਦੀ ਮੁੱਠੀ ਵਿੱਚ ਹੈ, ਜਿੰਨਾ ਚਿਰ ਮੁੱਠ ਨਹੀਂ ਖੋਲਾਂਗੇ ਉਨਾ ਚਿਰ ਨਹੀਂ ਤੁਸੀਂ ਇੱਥੋਂ ਉੱਠ ਕੇ ਜਾਣਾ। ਇਹ ਬਚਨ ਕਹਿੰਦੇ ਜਿੰਨਾ ਚਿਰ ਸਾਡੀ ਮੁੱਠ ਬੱਝੀ ਹੋਈ ਹੈ ਨਾ, ਉਨਾ ਚਿਰ ਇਸੇ ਤਰ੍ਹਾਂ ਤੁਸੀਂ ਬੈਠੇ ਰਹੋਗੇ। 5 ਘੰਟੇ ਕੀਰਤਨ ਅਤੇ ਗੁਰਮਤਿ ਦੀ ਵਿਆਖਿਆ ਕੀਤੀ, ਫਿਰ ਸੰਗਤਾਂ ਉੱਠ ਕੇ ਗਈਆਂ। ਇਹ ਹੈ ਮਨ ਜੁੜਿਆਂ ਵਾਲਿਆਂ ਦੀ ਕਰਨੀ, ਜਿਨ੍ਹਾਂ ਦਾ 1 ਸਕਿੰਟ ਵੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਜਿਨ੍ਹਾਂ ਦੇ ਫੁਰਨੇ ਵੀ ਨਾਮ ਦਾ ਰੂਪ ਬਣ ਗਏ, ਨਾਮ ਤੋਂ ਬਿਨਾਂ ਹੋਰ ਕੋਈ ਫੁਰਨਾ ਹੀ ਨਹੀਂ ਜਿਨ੍ਹਾਂ ਦੇ ਹਿਰਦੇ ਵਿੱਚ ਉੱਠਦਾ, ਸਿਮਰਨ ਜਿਨ੍ਹਾਂ ਦੇ ਸਵਾਸਾਂ ਵਿੱਚ ਚੱਲਦਾ ਅੱਠੇ ਪਹਿਰ, ਜਿਨ੍ਹਾਂ ਦੀ ਅਵਸਥਾ ਗੁਰਮੁਖ ਰੋਮ ਰੋਮ ਹਰ ਧਿਆਵੈ, ਰੋਮ ਰੋਮ ਵਿੱਚੋਂ ਜਿਨ੍ਹਾਂ ਦੇ ਸਿਮਰਨ ਦੀ ਫੁਹਾਰ ਚੱਲਦੀ ਹੈ, ਇਹ ਅਵਸਥਾ ਉਹਨਾਂ ਦੀ ਹੈ, ਉਹਨਾਂ ਦੀ ਕਰਨੀ ਦਾ ਦੂਜਿਆਂ 'ਤੇ ਵੀ ਪ੍ਰਭਾਵ ਪਏਗਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ, ਮਨ ਕੀ ਕੱਟੀਐ ਮੈਲ ਸਾਧ ਸੰਗ ਉੱਠਿਆ। ਇਹ ਉਹਨਾਂ ਦੀ ਕਰਨੀ ਹੋਇਆ ਕਰਦੀ ਹੈ।
ਸੋ ਸਾਧ ਸੰਗਤ ਜੀ ਐਸੀ ਕਰਨੀ ਦੇ ਮਾਲਕ ਇਉਂ ਭਾਈ ਜਿਨ੍ਹਾਂ ਦੇ ਮਨ ਵਸ ਵਿੱਚ, ਜਿਨ੍ਹਾਂ ਨੇ ਮਨ ਨੂੰ ਆਪਣੇ ਵਸ ਵਿੱਚ ਕਰ ਲਿਆ ਉਹ ਦੂਜਿਆਂ ਦੇ ਮਨਾਂ ਨੂੰ ਵੀ ਵਸ ਵਿੱਚ ਕਰ ਲੈਂਦੇ ਆ, ਰੋਕ ਲੈਂਦੇ ਆ। ਇੱਕ ਤਾਂ ਜਾਦੂਗਰ ਕਰਨ ਵਾਲੇ ਵੀ ਕਰਦੇ ਆ, ਪਰ ਉਹਨਾਂ ਦਾ ਮਨ ਨਿਰਮਲ ਨਹੀਂ ਹੁੰਦਾ, ਉਹਨਾਂ ਦੇ ਮਨ ਵਿਕਾਰੀ ਹੁੰਦੇ ਆ। ਵਿਕਾਰੀਆਂ 'ਤੇ ਤਾਂ ਉਹਨਾਂ ਦਾ ਪ੍ਰਭਾਵ ਪੈ ਜਾਂਦਾ, ਦੂਜਿਆਂ 'ਤੇ ਨਹੀਂ। ਪਰ ਗੁਰਮੁਖ ਹਿਪਨੋਟਾਈਜ ਵਾਲੇ ਵੀ ਇਹੋ ਜਿਹਾ ਆਪਣਾ ਚਮਤਕਾਰ ਜਿਹਾ ਦਿਖਾ ਦਿੰਦੇ ਹੈ, ਪਰ ਸਾਧ ਸੰਗਤ ਜੀ ਉਹ ਕੋਈ ਚਮਤਕਾਰ ਸ਼ਾਂਤੀ ਵਾਲਾ ਨਹੀਂ ਹੁੰਦਾ। ਉਹ ਕਮਜ਼ੋਰ ਆਤਮਾਵਾਂ 'ਤੇ ਆਪਣਾ ਅਸਰ ਪਾ ਲੈਂਦੇ, ਕਮਜ਼ੋਰ ਮਨਾਂ ਨੂੰ ਥੋੜ੍ਹੇ ਸਮੇਂ ਲਈ ਆਪਣੇ ਵਸ ਵਿੱਚ ਕਰ ਲੈਂਦੇ ਹਿਪਨੋਟਿਜ਼ਮ ਦੀ ਸਾਧਨਾ ਨਾਲ। ਪਰ ਜਿਹੜੇ ਐਸੇ ਮਹਾਂਪੁਰਖ ਹੁੰਦੇ ਆ ਨਾ, ਉਹਨਾਂ ਦੀ ਕਰਨੀ ਹੁੰਦੀ ਹੈ ਦੂਜਿਆਂ ਦੇ ਮਨਾਂ ਵਿੱਚੋਂ ਵੀ ਵਿਕਾਰਾਂ ਦੀ ਮੈਲ ਬਾਹਰ ਕੱਢ ਦੇਣੀ, ਦੂਜਿਆਂ ਦੇ ਮਨ ਵੀ ਐਨ ਨਾਮ ਨਾਲ ਜੋੜ ਕੇ ਪਵਿੱਤਰ ਕਰ ਦੇਣੇ। ਆਪ ਤਾਂ ਪਵਿੱਤਰ ਹੀ ਹੁੰਦੇ ਹੈ, ਦੂਸਰਿਆਂ ਨੂੰ ਵੀ ਐਨ ਉਹਨਾਂ ਦੇ ਫੁਰਨੇ ਐਨ ਨਿਰਮਲ ਕਰ ਦੇਣੇ, ਨਾਮ ਦੇ ਵਿੱਚ ਜੋੜ ਦੇਣੇ। ਸੋ ਭਾਈ ਐਸੇ ਐਸੇ ਗੁਰਸਿੱਖ ਗੁਰੂ ਕਰਦੇ ਹੋਏ ਇੱਥੇ ਵੀ ਮਹਾਰਾਜ ਕਹਿ ਰਹੇ ਭਾਈ ਇਹਨਾਂ ਨੇ ਵੀ ਗੁਰੂ ਸਾਹਿਬ ਜੀ ਦਾ ਉਪਦੇਸ਼ ਕਮਾਇਆ ਅਤੇ ਅੰਤ ਨੂੰ ਇਹਨਾਂ ਨੂੰ ਵੀ ਕਲਿਆਣ ਪ੍ਰਾਪਤ ਹੋਈ। ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ ਸਾਧ ਸੰਗਤ ਜੀ, 7:30 ਹੋ ਗਏ ਹੈ। ਸੋ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। 6 ਜੂਨ ਬਲਕਿ 1 ਜੂਨ ਤੋਂ ਲੈ ਕੇ 5 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਦੀਵਾਨ 3 ਵਜੇ ਤੋਂ 5:30 ਵਜੇ ਤੱਕ ਸਜਿਆ ਕਰਨੇ ਹੈ, ਜਿਹਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਜਥੇ ਕੀਰਤਨ ਕਰਿਆ ਕਰਨਗੇ। ਅਤੇ ਤੁਸੀਂ ਸਾਰੀਆਂ ਸੰਗਤਾਂ ਨੇ 1 ਜੂਨ ਤੋਂ 5 ਜੂਨ ਤੱਕ ਵੀ ਪਹੁੰਚਿਆ ਕਰਨਾ, ਔਰ 6 ਜੂਨ ਨੂੰ 10 ਵਜੇ ਹੁੰਮ ਹੁਮਾ ਕੇ ਸਾਰੇ ਇਲਾਕੇ ਦੀ ਸੰਗਤ ਨੇ ਸ਼ਹੀਦੀ ਸਮਾਗਮਾਂ ਵਿੱਚ ਪਹੁੰਚਣਾ, ਹਾਜ਼ਰੀਆਂ ਭਰਨੀਆਂ, ਦਰਸ਼ਨ ਦੇਣੇ ਆ। ਸੋ ਦਾਸ ਵੱਲੋਂ ਸਾਰੀ ਸੰਗਤ ਦਾ ਫਿਰ ਰੋਮ ਰੋਮ ਕਰਕੇ ਧੰਨਵਾਦ ਹੈ। 28 ਅਪ੍ਰੈਲ ਨੂੰ 12 ਵਜੇ ਡੱਲੇ ਨਗਰ ਅੰਮ੍ਰਿਤ ਸੰਚਾਰ ਹੋਏਗਾ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਭਾਈ ਉੱਥੇ ਪਹੁੰਚ ਕੇ ਕੇਸੀ ਇਸ਼ਨਾਨ ਕਰਕੇ ਸਾਫ ਵਸਤਰ ਪਾ ਕੇ ਕਕਾਰ ਪਹਿਨ ਕੇ 5 ਪਿਆਰਾਂ ਕੋਲੋਂ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਆ ਨਸ਼ਿਆਂ ਦਾ ਤਿਆਗ ਕਰੋ, ਜਿਨ੍ਹਾਂ ਨੇ ਕੇਸ ਕਟਾਏ ਸਾਫ ਸੂਰਤ ਕੇਸ ਰੱਖੋ, ਛੋਟੇ ਛੋਟੇ ਬੱਚਿਆਂ ਦੇ ਕੇਸ ਨਾ ਕੱਟੋ। 1-2 ਬੱਚੇ ਬੈਠੇ ਆ ਸੰਗਤ ਵਿੱਚ, ਭਾਈ ਮੇਰੀ ਬੇਨਤੀ ਹੈ ਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਵਿੱਚ, ਸਿੱਖ ਪਰਿਵਾਰਾਂ ਦੇ ਅੰਦਰ ਬੱਚਿਆਂ ਦੇ ਕੇਸ ਭੁੱਲ ਕੇ ਨਹੀਂ ਕੱਟਣੇ, ਇਹਨਾਂ ਦੇ ਕੇਸ ਸਾਫ਼ ਸੂਰਤ ਰੱਖਣੇ। ਮਾਈਓ ਬਹੁਤ ਵੱਡਾ ਪਾਪ ਲੱਗੂਗਾ ਤੁਹਾਨੂੰ ਜੇ ਕੇਸ ਕੱਟੋਗੇ, ਬੱਚਿਆਂ ਦੇ ਕੇਸ ਨਹੀਂ ਕੱਟਣੇ, ਸਾਫ਼ ਸੂਰਤ ਬੱਚਿਆਂ ਦੇ ਕੇਸ ਰੱਖਣੇ। ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਰਹਿਣਾ, ਸੱਚੇ ਪਾਤਸ਼ਾਹ ਸਾਡਾ ਜੀਵਨ ਸਫਲ ਕਰਨ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਘੋੜੇ ਵਾਹ ਵਾਲੇ ਪਹੁੰਚੇ ਹੈ, ਜਥੇਦਾਰ ਬਾਬਾ ਕਿਰਪਾ ਸਿੰਘ ਜੀ ਜਿਨ੍ਹਾਂ ਦੀ ਬਹੁਤ ਵੱਡੀ ਅਣਥੱਕ ਸੇਵਾ ਹੈ, ਜਥੇਦਾਰ ਭਾਈ ਭੁਪਿੰਦਰ ਸਿੰਘ ਜੀ ਕਾਲਮਾ ਵਾਲੇ, ਭਾਈ ਮੋਹਨ ਸਿੰਘ ਜੀ, ਔਰ ਸਤਿਕਾਰਯੋਗ ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਟਰ ਸਾਹਿਬ ਜੋ ਟਕਸਾਲ ਦੇ ਪ੍ਰਸਿੱਧ ਵਿਦਵਾਨ ਹਨ, ਇਸੇ ਤਰ੍ਹਾਂ ਭਾਈ ਗੁਰਵਿੰਦਰ ਸਿੰਘ ਜੀ, ਮਾਸਟਰ ਗੁਰਦੀਪ ਸਿੰਘ ਜੀ, ਜਲਾਲ ਉਸਮਾਨ, ਜਿੰਨੀਆਂ ਵੀ ਸੰਗਤਾਂ ਆਈਆਂ ਸਭ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਜਥੇਦਾਰ ਮੰਗਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ,
ਔਰ ਮੈਂ ਚੇਚੇ ਤੌਰ 'ਤੇ ਜਥੇਦਾਰ ਸੰਤ ਬਾਬਾ ਲੱਖਾ ਸਿੰਘ ਜੀ ਜੋ ਜਥੇਬੰਦੀ ਵੱਲੋਂ ਇਸ ਅਸਥਾਨ 'ਤੇ ਸਾਰੀ ਜ਼ਿੰਮੇਵਾਰੀ ਅਤੇ ਸੇਵਾ ਨਿਭਾ ਰਹੇ ਆ, ਸਰੀਰ ਭਾਵੇਂ ਉਹਨਾਂ ਦਾ ਸਾਧ ਸੰਗਤ ਜੀ ਸਾਥ ਨਹੀਂ ਦਿੰਦਾ, ਪਰ ਵੇਖੋ ਉਹਨਾਂ ਦੇ ਅੰਦਰ ਕਿਤਨਾ ਉਤਸ਼ਾਹ ਹੈ, ਫਿਰ ਵੀ ਉਹ ਬਾਹਰ ਬੈਠ ਕੇ ਹਾਜ਼ਰੀ ਭਰ ਰਹੇ ਆ। ਔਰ ਉਹਨਾਂ ਦੇ ਮਨ ਵਿੱਚ ਇੱਛਾ ਹੁੰਦੀ ਹੈ ਕਿ ਮੈਂ ਸਾਰੇ ਸਮਾਗਮਾਂ 'ਚ ਜਾ ਕੇ ਕੀਰਤਨ ਕਥਾ ਵਿੱਚ ਹਾਜ਼ਰੀ ਭਰਾਂ। ਪਿਛਲੇ ਸਾਲਾਂ ਵਿੱਚ ਆਪਾਂ ਦੇਖਦੇ ਰਹੇ ਹਾਂ, ਕੋਈ ਇਹੋ ਜਿਹਾ ਦੀਵਾਨ ਨਹੀਂ ਹੁੰਦਾ ਸੀ ਜਿੱਥੇ ਜਾ ਕੇ ਹਾਜ਼ਰੀ ਨਹੀਂ ਉਹ ਭਰਦੇ ਸਨ। ਇਹ ਪੁਰਾਣੇ ਸਿੰਘਾਂ 'ਤੇ ਸਤਿਗੁਰੂ ਦੀ ਬੜੀ ਕਿਰਪਾ ਹੈ ਸਾਧ ਸੰਗਤ ਜੀ, ਵੱਡੇ ਮਹਾਂਪੁਰਖਾਂ ਤੋਂ ਲੈ ਕੇ ਅੱਜ ਤੱਕ ਜਥੇਬੰਦੀ ਲਈ ਪੂਰਾ ਐਨ ਵਫਾਦਾਰੀ ਨਾਲ ਸੇਵਾ ਨਿਭਾ ਰਹੇ। ਸੋ ਬਾਬਾ ਜੀ ਦੀ ਸਰੀਰ ਦੀ ਢਲਾਈ ਹੈ, ਪਰ ਸਾਧ ਸੰਗਤ ਜੀ ਮਾਨ ਮਨ ਕਰਕੇ ਆਤਮਾ ਕਰਕੇ ਸਤਿਗੁਰੂ ਦੀ ਬੜੀ ਉਹਨਾਂ ਉੱਤੇ ਕਿਰਪਾ ਹੈ। ਮਹਾਂਪੁਰਖਾਂ ਤੋਂ ਵੱਡਿਆਂ ਤੋਂ ਲੈ ਕੇ ਸੇਵਾ ਕਰ ਰਹੇ ਆ ਜਥੇ ਵਿੱਚ, ਔਰ ਪੰਥ ਦੇ ਹਰ ਮੋਰਚੇ ਵਿੱਚ ਡੇਲਾਂ ਵੀ ਕੱਟੀਆਂ, ਲੰਮਾ ਲੰਮਾ ਸਮਾਂ ਨਜ਼ਰਬੰਦੀ ਵੀ ਕੱਟੀ, ਪਰ ਚੜ੍ਹਦੀ ਕਲਾ ਨਾਲ ਹੀ ਸੇਵਾ ਕੀਤੀ। ਇਹ ਪੁਰਾਣੇ ਸਾਡੇ ਬਜ਼ੁਰਗਾਂ ਵਿੱਚ ਪੰਥਕ ਭਾਵਨਾ ਸੀ ਕਿ ਪੰਥ ਨੂੰ ਆਪਣਾ ਸਭ ਕੁਝ ਸਮਝਦੇ ਸਨ। ਸੋ ਸਾਧ ਸੰਗਤ ਜੀ ਪੰਥ ਦੀ ਖਾਤਰ ਹਰ ਮੋਰਚੇ ਵਿੱਚ ਗਏ, ਕੈਦਾਂ ਕੱਟੀਆਂ, ਡੇਲਾਂ ਕੱਟੀਆਂ। ਪੰਜਾਬੀ ਸੂਬੇ ਦਾ ਮੋਰਚਾ ਲੱਗਾ, ਵੱਡੇ ਮਹਾਂਪੁਰਸ਼ਾਂ ਨੇ ਜਥੇ ਦੇ ਸਿੰਘ ਭੇਜੇ, ਉਦੋਂ ਵੀ ਬਾਬਾ ਜੀ ਪੰਜਾਬੀ ਸੂਬੇ ਮੋਰਚੇ ਦੌਰਾਨ ਜੇਲ੍ਹ ਵਿੱਚ ਗਏ, ਫਿਰ ਹਰ ਮੋਰਚੇ ਵਿੱਚ ਹੀ ਕੈਦ ਕੱਟੀ। ਸੋ ਉਹਨਾਂ ਦੀ ਬਹੁਤ ਵੱਡੀ ਸੇਵਾ, ਮੈਂ ਉਹਨਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਾ ਇਹਨਾਂ ਸਮਾਗਮਾਂ ਲਈ। ਸੋ ਬਾਬਾ ਲੱਖਾ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸੋਨੇ ਉਪਦੇਸ਼ ਜਤਨ ਤਿਮ ਠਾਨਾ, ਸੋ ਪ੍ਰਾਪਤ ਹੋਏ ਕਲਿਆਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।